ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਪ ਸਟੱਡੀ ਦੇ ਵਿੱਚ ਸੋ ਦੋਸਤੋ ਹਾਜ਼ਰ ਹੈ ਤੁਹਾਡੇ ਲਈ ਆਪਣੀ ਅੱਜ ਦੀ ਮੈਥਮੈਟਿਕਸ ਦੀ ਕਲਾਸ ਲੈ ਕੇ ਇਹ ਕਲਾਸ ਆਪਣੀ ਪ੍ਰੈਕਟਿਸ ਸੀਰੀਜ਼ ਦੇ ਵਜੋਂ ਇੱਕ ਕਲਾਸ ਹੈਗੀ ਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਸਿਲੇਬਸ ਦੇ ਅਕੋਰਡਿੰਗ ਮੈਥਮੈਟਿਕਸ ਦੀਆਂ ਕਲਾਸਾਂ ਚੱਲਦੀਆਂ ਨੇ ਉਹਨਾਂ ਦਾ ਉਹੀ ਟਾਈਮ ਰਹੇਗਾ ਜਿਹੜਾ ਕਿ ਸਵੇਰ ਦਾ 10 ਵਜੇ ਦਾ ਟਾਈਮ ਰੱਖਿਆ ਹੋਇਆ ਹੈ ਉਸ ਟਾਈਮ ਦੇ ਉੱਤੇ ਤੁਹਾਨੂੰ ਉਹ ਕਲਾਸੇਜ਼ ਮਿਲਿਆ ਕਰਨੀਆਂ ਤੇ ਇਹ ਪ੍ਰੈਕਟਿਸ ਨੰਬਰ 1 ਲੈ ਕੇ ਆਏ ਆ ਠੀਕ ਹੈ ਪਹਿਲੀ ਕਲਾਸ ਹੈਗੀ ਪ੍ਰੈਕਟਿਸ ਸੀਰੀਜ਼ ਦੀ ਅੱਜ ਆਪਣੀ ਮਿਕਸ ਕੁਐਸਚਨ ਇਸ ਦੇ ਵਿੱਚ ਹੋਣਗੇ ਜਿਹੜੇ ਕਿ ਪੇਪਰਾਂ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਨੇਗੇ ਕੁਐਸਚਨ ਉਹ ਕੁਐਸਚਨ ਆਪਾਂ ਲੈ ਕੇ ਆਏ ਆ ਜਿਵੇਂ ਕਿ ਪਿਛਲੇ ਸਾਲ ਜਿਹੜੇ ਹੈੱਡ ਕਨਸਟੇਬਲ ਜਾਂ ਅਕਤੂਬਰ ਦੇ ਵਿੱਚ ਜਿਹੜੇ ਪੇਪਰ ਹੋਏ ਸੀਗੇ ਠੀਕ ਹੈ ਉਹਨਾਂ ਦੇ ਵਿੱਚ ਜਿਹੜੇ ਕੁਐਸਚਨ ਆਏ ਸੀਗੇ ਜਿਵੇਂ ਕਿ ਦੇਖੋ ਆਹ ਕੁਐਸਚਨ ਸੀਗੇ ਇਹਨਾਂ ਨੂੰ ਆਪਾਂ ਸੋਲਵ ਕਰਾਂਗੇ ਇਸ ਦੀ ਕਲਾਸ ਦੇ ਵਿੱਚ ਤੇ ਜੇਕਰ ਚੈਨਲ ਦੇ ਨਾਲ ਪਹਿਲੀ ਵਾਰ ਜੁੜ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਇਸ ਤੋਂ ਇਲਾਵਾ ਜਿਵੇਂ ਜੀਕੇ ਵਾਲਾ ਪੋਰਸ਼ਨ ਹੁੰਦਾਗਾ ਉਸ ਦੀਆਂ ਵੀ ਆਪਾਂ ਤੁਹਾਨੂੰ ਇੰਪੋਰਟੈਂਟ ਕਲਾਸਾਂ ਦਿੰਦੇ ਰਹਾਂਗੇ ਇਸ ਤੋਂ ਇਲਾਵਾ ਤੁਸੀਂ ਪਿਛਲੇ ਸਾਲ ਜਿੰਨਾ ਆਪਾਂ ਨੇ ਸਿਲੇਬਸ ਕਵਰ ਕੀਤਾ ਸੀ ਉਹ ਕਲਾਸਾਂ ਸਾਰੀਆਂ ਜਾ ਕੇ ਦੇਖ ਲੈਣੀਆਂ ਨੇ ਪਲੇਲਿਸਟਾਂ ਬਣੀਆਂ ਹੋਈਆਂ ਨੇ ਜਾ ਕੇ ਤੁਸੀਂ ਸਾਰੀਆਂ ਕਲਾਸਾਂ ਨੂੰ ਇੱਕ ਵਾਰ ਜ਼ਰੂਰ ਦੇਖ ਲਓ ਤਾਂ ਦੇਖੋ ਜੀ ਅੱਜ ਆਪਣਾ ਪਹਿਲਾ ਜਿਹੜਾ ਕੁਐਸਚਨ ਹੈ ਆਪਾਂ ਇਸ ਨੂੰ ਸੋਲਵ ਕਰਦੇ ਹਾਂ ਇਸ ਨੂੰ ਸੋਲਵ ਕਰਨ ਦੇ ਲਈ ਦੇਖੋ ਜੀ ਆਪਾਂ ਨੂੰ ਕੀ ਕਰਨਾ ਪਏਗਾ ਦੋ ਸਟੇਟਮੈਂਟਾਂ ਦਿੱਤੀਆਂ ਹੋਈਆਂ ਨੇ ਦੇਖੋ ਜੀ x 3x 4y 30 ਦਿੱਤਾ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਇੱਕ ਸਟੇਟਮੈਂਟ ਹੋਰ ਦਿੱਤੀ ਹੋਈ ਹੈ ਇਸ ਦੇ ਵਿੱਚ ਦੇਖੋ ਸਮਿਕਰਣ ਕਹਿ ਸਕਦੇ ਹਾਂ 2x 3y 3 ਇਸ ਦੇ ਵਿੱਚ ਵੀ ਦਿੱਤਾ ਹੋਇਆ ਹੈ ਤੇ ਇਹਨਾਂ ਦੋਨਾਂ ਦੇ ਵਿੱਚੋਂ x ਤੇ y ਦੀ ਆਪਾਂ ਨੂੰ ਵੈਲਿਊ ਕੱਢਣੀ ਹੋਏਗੀ ਤੇ x ਤੇ y ਦੀ ਜਿਹੜੀ ਵੈਲਿਊ ਨਿਕਲ ਜੇਗੀ ਉਸ ਨੂੰ ਇਸ ਦੇ ਵਿੱਚ ਪੁੱਟ ਕਰ ਦੇਣਾ ਜਿਹੜਾ ਨੀਚੇ ਦਿੱਤਾ ਹੋਇਆ ਹੈ ਤੇ ਇਹਨਾਂ ਦੋਨਾਂ ਨੂੰ ਸੋਲਵ ਕਰਕੇ ਜਿਹੜਾ ਆਪਣਾ ਆਨਸਰ ਆਏਗਾ ਉਹ ਇਸ ਦਾ ਆਨਸਰ ਹੋ ਜਾਏਗਾ ਤੇ ਆਪਾਂ ਨੇ ਸੋਲਵ ਕਿਸ ਤਰ੍ਹਾਂ ਕਰਨਾ ਹੈ ਜੇਕਰ ਤੁਹਾਡਾ ਮੈਥ ਦੇ ਵਿੱਚ ਸਹੀ ਹੈ ਤਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿ ਦੇਖੋ ਇੱਥੇ 3x ਦਿੱਤਾ ਹੋਇਆ ਹੈ ਠੀਕ ਹੈ ਤੇ ਇੱਥੇ 4y ਦਿੱਤਾ ਹੋਇਆ ਹੈ ਤੇ x ਤੇ y ਦੀ ਆਪਾਂ ਨੂੰ ਕੀ ਵੈਲਿਊ ਭਰਨੀ ਪਵੇ ਕਿ ਇੱਥੇ 30 ਬਣਦਾ ਹੋਵੇ ਮਨ ਲਓ ਆਪਾਂ ਨੇ ਦੇਖੋ ਇੱਥੇ ਆਪਾਂ ਨੂੰ 3 ਦਿੱਤਾ ਹੋਇਆ ਹੈ 3 ਨੂੰ ਮਲਟੀਪਲਾਈ ਕਰੋ ਆਪਾਂ ਮੰਨ ਲਓ ਇੱਥੇ 6 ਵੈਲਿਊ ਭਰਤੀ ਠੀਕ ਹੈ ਮਤਲਬ ਕਿ 1 ਭਰ ਕੇ ਦੇਖਣਾ ਫਿਰ 2 ਭਰ ਕੇ ਦੇਖਣਾ ਫਿਰ 3 ਠੀਕ ਹੈ ਜਿਹਨੂੰ ਮਤਲਬ ਕਿ ਥੋੜਾ ਮੋਟਾ ਮੈਥ ਦੇ ਵਿੱਚ ਸਹੀ ਹੋਇਆ ਤਾਂ ਉਹ ਪਹਿਲੀ ਵਾਰ ਦੇ ਵਿੱਚ ਹੀ ਭਰ ਲੈਣਗੇ ਠੀਕ ਹੈ ਬਾਕੀ ਆਪਾਂ ਸੋਲਵ ਕਰਾਂਗੇ ਵੈਸੇ ਤੁਹਾਨੂੰ ਇੱਕ ਇਦਾਂ ਹੀ ਆਈਡੀਆ ਦੱਸ ਰਹੇ ਹਾਂ ਠੀਕ ਹੈ ਪਲੱਸ ਦੇਖੋ ਇੱਥੇ 18 ਬਣ ਗਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਇੱਥੋਂ 4 ਦੇ ਨਾਲ ਆਪਾਂ ਨੂੰ ਕੀ ਵੈਲਿਊ ਭਰਨੀ ਪਵੇਗੀ 4 ਤਾਂ ਆਪਾਂ ਨੇ ਲਿਖ ਲਿਆ ਠੀਕ ਹੈ 4 3 12 ਹੁੰਦਾ ਠੀਕ ਹੈ 4 3 12 ਹੁੰਦਾ ਤਾਂ ਦੇਖੋ 12 ਤੇ 18 ਠੀਕ ਹੈ ਇਹ ਬਣ ਗਿਆ 6 3 18 ਬਣ ਗਿਆ 18 ਇੱਥੇ 12 ਇਹ 30 ਬਣ ਰਹਿਣਾ ਮਤਲਬ ਕਿ ਆਪਣੇ ਕੋਲ ਜਿਹੜੀ x ਤੇ y ਦੀ ਵੈਲਿਊ ਆ ਗਈ ਹੈ x ਦੀ ਵੈਲਿਊ ਆਪਣੇ ਕੋਲ 6 ਆ ਗਈ y ਦੀ ਵੈਲਿਊ ਆਪਣੇ ਕੋਲ 3 ਆ ਗਈ ਤਾਂ ਇਸ ਨੂੰ ਆਪਾਂ ਨੇ ਪੁੱਟ ਕਰ ਦੇਣਾ ਹੈ ਦੇਖੋ 2 ਲਿਖ ਲਿਆ ਇਸ ਦੇ ਵਿੱਚ ਪੁੱਟ ਕਰਨਾ ਹੈਗਾ ਹੁਣ 2 ਲਿਖ ਲਿਆ x ਦੀ ਜਗ੍ਹਾ ਤੇ 6 ਲਿਖ ਲਿਆ 5 ਲਿਖ ਲਿਆ ਬ੍ਰੈਕਟ ਦੇ ਵਿੱਚ ਆਪਾਂ ਨੇ ਲਿਖ ਲਿਆ ਇਸ ਨੂੰ 3 ਠੀਕ ਹੈ ਜੀ ਤਾਂ ਦੇਖੋ x ਤੇ y ਦੀ ਵੈਲਿਊ ਆਪਾਂ ਨੇ ਲਿਖ ਲਈ ਹੈ ਇੱਥੇ ਬਣ ਗਿਆ 12 ਇੱਥੇ ਬਣ ਗਿਆ 15 ਠੀਕ ਹੈ 12 ਤੇ 15 ਨੂੰ ਆਪਾਂ ਨੇ ਹੁਣ ਸੋਲਵ ਕਰ ਲੈਣਾ ਇੱਥੇ ਬਣ ਗਿਆ 7 ਇੱਥੇ ਬਣ ਗਿਆ 2 ਤਾਂ ਇਸ ਦਾ ਦੇਖੋ ਜੀ 27 ਆਨਸਰ ਆਪਣਾ ਬਣ ਰਿਹਾ ਹੈ ਕਿਹੜੀ ਆਪਸ਼ਨ ਦੇ ਵਿੱਚ 27 ਹੈਗਾ ਦੇਖੋ ਤੁਸੀਂ ਤਾਂ ਆਪਸ਼ਨ A ਦੇ ਵਿੱਚ ਆਪਣਾ 27 ਆ ਰਿਹਾ ਇਸ ਤਰ੍ਹਾਂ ਵੀ ਤੁਸੀਂ ਸੋਲਵ ਕਰ ਸਕਦੇ ਹੋ ਬਾਕੀ ਜੇਕਰ ਇਸ ਦਾ ਤਰੀਕਾ ਕੀ ਇਹ ਇਸ ਨੂੰ ਸੋਲਵ ਕਰਨ ਦਾ ਹੁਣ ਆਪਾਂ ਉਸ ਨੂੰ ਸਮਝਦੇ ਹਾਂ ਠੀਕ ਹੈ ਤਾਂ ਦੇਖੋ ਜੀ ਇਸ ਨੂੰ ਕਿਸ ਤਰ੍ਹਾਂ ਸੋਲਵ ਆਪਾਂ ਕਰ ਸਕਦੇ ਹਾਂ ਇੱਕ ਸਟੇਟਮੈਂਟ ਚੱਕ ਲਓ ਦੋਨਾਂ ਦੇ ਵਿੱਚੋਂ ਦੋ ਸਮੀਕਰਨ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਇਸ ਨੂੰ ਮੰਨ ਲਓ ਆਪਾਂ ਨੇ ਚੱਕ ਲਿਆ ਠੀਕ ਹੈ ਇਸ ਦੇ ਵਿੱਚੋਂ ਆਪਾਂ x ਦੀ ਵੈਲਿਊ ਕੱਢਾਂਗੇ ਪਹਿਲਾਂ x ਦੀ ਵੈਲਿਊ ਕਿਸ ਤਰ੍ਹਾਂ ਕੱਢ ਸਕਦੇ ਆਂ ਦੇਖੋ ਆਪਾਂ ਇਸ ਨੂੰ ਲਿਖ ਲਿਆ 2x 3y 3 ਇਹ ਆਪਣੇ ਕੋਲ ਸਟੇਟਮੈਂਟ ਸੀਗੀ ਠੀਕ ਹੈ ਹੁਣ ਆਪਾਂ ਇਸ ਦੇ ਵਿੱਚੋਂ x ਦੀ ਵੈਲਿਊ ਕੱਢਣ ਦੇ ਲਈ ਕੀ ਕਰਾਂਗੇ x ਨੂੰ ਇਕੱਲਾ ਛੱਡ ਦਾਂਗੇ ਠੀਕ ਹੈ x ਨੂੰ ਇਕੱਲਾ ਛੱਡ ਦਾਂਗੇ ਦੇਖੋ ਜੀ ਤਾਂ ਦੇਖੋ ਇੱਥੇ ਆਪਾਂ 2x ਨੂੰ ਇਸੇ ਤਰ੍ਹਾਂ ਲਿਖ ਲਿਆ ਉਸ ਤੋਂ ਬਾਅਦ ਤਿੰਨ ਸੀਗਾ ਤਿੰਨ ਨੂੰ ਇਸੇ ਤਰ੍ਹਾਂ ਲਿਖ ਲਿਆ ਦੇਖੋ ਜੀ 3y ਆ ਗਿਆ ਜਿਹੜਾ ਇੱਥੇ ਮੈਨਸ ਦੇ ਵਿੱਚ ਇੱਥੇ ਆ ਕੇ ਪਲੱਸ ਦੇ ਵਿੱਚ ਹੋ ਜਾਏਗਾ 3y ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਜੀ ਆਪਾਂ ਨੂੰ ਕੀ ਕਰਨਾ ਪਏਗਾ ਉਸ ਤੋਂ ਬਾਅਦ ਦੇਖੋ ਇਹ ਵਾਲੀ x ਨੂੰ ਇਕੱਲਾ ਛੱਡਣਾ ਹੈ ਤਾਂ ਇੱਥੇ x ਰਹਿ ਜੇਗੀ ਬਰਾਬਰ 3 3y बटे ਦੇ ਵਿੱਚ 2 ਚਲਾ ਜਾਏਗਾ ਇਹ ਆਪਣੇ ਕੋਲ x ਦੀ ਵੈਲਿਊ ਇੱਥੇ ਨਿਕਲ ਕੇ ਆ ਗਈ ਹੁਣ ਕੀ ਕਰਨਾ ਹੋਏਗਾ ਜਿਹੜੀ ਆਪਾਂ ਇਹਨਾਂ ਦੇ ਵਿੱਚੋਂ ਕਿਸੇ ਵੀ ਸਮੀਕਰਨ ਇਸ ਦੇ ਵਿੱਚ ਮੰਨ ਲਓ ਆਪਾਂ ਭਰ ਦਿੰਨੇ ਆ 3x 4y x ਦੀ ਵੈਲਿਊ ਨੂੰ 3x 4y 30 ਦਿੱਤਾ ਹੋਇਆ ਜਿੱਥੇ ਜਿੱਥੇ x ਲਿਖਿਆ ਹੋਇਆ ਆਪਾਂ ਉੱਥੇ ਇਹ ਸਾਰੀ ਐਨਿ ਵੈਲਿਊ ਨੂੰ ਭਰ ਦੇਣਾ ਠੀਕ ਹੈ ਤਾਂ ਦੇਖੋ ਜੀ ਇੱਥੇ ਆਪਾਂ ਭਰ ਦੇਵਾਂਗੇ ਇਸ ਨੂੰ 3 ਇਸੇ ਤਰ੍ਹਾਂ ਲਿਖ ਲਿਆ ਉਸ ਤੋਂ ਬਾਅਦ 3 3y 3 3y ਮ बटे ਦੇ ਵਿੱਚ 2 ਹੈ ਇਹ ਲਿਖ ਲਿਆ ਪਲੱਸ ਬਾਕੀ ਦੀ ਸਾਰੀ ਇਹ ਆਪਾਂ ਨੇ ਇਸੇ ਤਰ੍ਹਾਂ ਲਿਖ ਦੇਣੀ ਹੈ 4y 30 ਲਿਖੋ ਜੀ ਤਾਂ ਹੁਣ ਆਪਾਂ ਨੇ ਇਸ ਨੂੰ ਸੋਲਵ ਕਰ ਲੈਣਾ ਹੋਰ ਇਸ ਦੇ ਵਿੱਚ ਕੁਝ ਵੀ ਨਹੀਂ ਹੈ ਤਾ ਦੇਖੋ 3 ਦੀ ਅੰਦਰ ਮਲਟੀਪਲਾਈ ਕਰੋ ਇਸ ਤਰ੍ਹਾਂ ਠੀਕ ਹੈ ਇੱਥੇ ਮਲਟੀਪਲਾਈ ਕਰਕੇ ਹੋ ਜਾਏਗਾ ਆਪਣਾ 33 9 33 ਫਿਰ 9 ਇਸ ਦੇ ਨਾਲ ਵਾਏ ਲੱਗ ਜਾਏਗਾ ਨੀਚੇ 2 ਹੈਗਾ 2 ਇਸੇ ਤਰ੍ਹਾਂ ਰਹਿ ਜਾਏਗਾ 4 ਵਾਏ ਰਹੇ ਜਾਏਗਾ 30 ਬਾਕੀ ਦਾ ਸਾਰਾ ਕੁਝ ਉਸੇ ਤਰ੍ਹਾਂ ਹੈ ਹੁਣ ਦੇਖੋ ਜੀ ਆਪਾਂ ਇਸ ਨੂੰ ਇਸ ਦੇ نیچے 1 ਲਗਾ ਕੇ ਐਲਸੀਐਮ ਇਸ ਤਰ੍ਹਾਂ ਮਲਟੀਪਲਾਈ ਕਰ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਆਪਾਂ ਇੱਥੇ ਨੀਚੇ 1 ਹੈ ਤਾਂ 1 ਦੀ ਉੱਪਰ ਮਲਟੀਪਲਾਈ ਹੋਏਗੀ 9 9 ਵਾਏ ਬਣੀਗਾ ਤੇ ਇਸ ਨੂੰ 4 ਤੇ 2 ਦੀ ਮਲਟੀਪਲਾਈ ਕੀਤੀ 4 ਦੁਨੀ 8 ਹੁੰਦਾ 8 ਬਾਈ ਬਣ ਗਿਆ ਤੇ ਨੀਚੇ ਕੀ ਆਪਣੇ ਕੋਲ 2 30 ਇਸੇ ਤਰ੍ਹਾਂ ਸੀਗਾ ਹੁਣ ਦੇਖੋ ਜੀ ਜਿਹੜਾ ਨੀਚੇ 2 ਪਿਆ ਨੀਚੇ ਵਾਲਾ 2 ਨੂੰ ਆਪਾਂ ਜੇਕਰ ਕੱਟ ਕੇ ਇੱਥੇ ਮਲਟੀਪਲਾਈ ਕਰ ਦਈਏ ਇੱਥੇ ਭਾਗ ਦੇ ਵਿੱਚ ਸੀਗਾ ਇੱਥੇ ਆ ਕੇ ਮਲਟੀਪਲਾਈ ਹੋ ਜਾਏਗਾ ਤਾਂ 30 ਦੁਨਾ ਕਿੰਨਾ ਬਣ ਜਾਏਗਾ ਆਪਣੇ ਕੋਲ 30 ਦੁਨਾ 60 ਬਣ ਜਾਏਗਾ ਇਹ ਤਾਂ ਇਸ ਨੂੰ ਆਪਾਂ ਇੱਥੇ 60 ਕਰ ਦਿੰਨੇ ਆ ਦੇਖੋ ਜੀ ਠੀਕ ਹੈ ਹੁਣ ਦੇਖੋ ਜੀ ਹੁਣ ਇਸ ਨੂੰ ਕਿਸ ਤਰ੍ਹਾਂ ਹੋਰ ਅੱਗੇ ਕੀ ਸੋਲਵ ਕਰਨਾ ਹੈ ਇੱਥੇ ਬਾਈ ਵਾਲੇ ਦੋ ਸੰਖਿਆਵਾਂ ਵਾਲੇ ਇਹਨਾਂ ਨੂੰ ਆਪਾਂ ਜੋੜ ਦਾਂਗੇ ਤੇ ਆ ਦੇਖੋ ਜੀ ਜਿਹੜਾ ਆਪਣੇ ਕੋਲ ਇੱਕ ਵਾਰ 9 ਪਿਆ ਇਸ ਨੂੰ 9 ਨੂੰ ਇਸ ਦੇ ਵਿੱਚੋਂ ਇੱਕ ਘਟਾ ਦਾਂਗੇ ਇੱਥੇ ਆਪਣੇ ਕੋਲ 51 ਰਹਿ ਜਾਏਗਾ 60 ਦੇ ਵਿੱਚੋਂ ਜਦੋਂ ਆਪਾਂ 9 ਘਟਾਵਾਂਗੇ ਠੀਕ ਹੈ ਜਾਂ ਫਿਰ ਇਦਾਂ ਲਿਖ ਲਓ 60 ਘਟਾ 9 ਕਿਉਂਕਿ ਇੱਧਰ ਪਲੱਸ ਦਾ ਸੀਗਾ ਇੱਧਰ ਆ ਕੇ ਮਾਈਨਸ ਦਾ ਬਣ ਗਿਆ ਆਪਣੇ ਕੋਲ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਇਸ ਨੂੰ ਲਿਖ ਲਿਆ ਇੱਕ ਵਾਰ ਤੇ ਇੱਥੇ ਕੀ ਬਚ ਗਿਆ ਆਪਣੇ ਕੋਲ ਇਹ ਦੋਨੋਂ ਬਚ ਗੀਆਂ ਇਹਨਾਂ ਦੋਨਾਂ ਦਾ ਪਲੱਸ ਕਰ ਦੇਣਾ ਠੀਕ ਹੈ ਤੇ ਇੱਥੇ ਬਣ ਜਾਏਗਾ ਆਪਣਾ 17/2 ਤੇ ਇੱਥੇ 17/2 51 ਬਚ ਗਿਆ ਤਾਂ 2 ਇਕਵਲ ਟੂ ਕਿੰਨਾ ਬਚਿਆ ਆਪਣੇ ਕੋਲ ਇੱਥੇ ਕੀ ਆ ਜਾਏਗਾ 51 17 ਕੱਟ ਕੇ 3 ਆ ਜਾਏਗਾ 17 3 51 ਹੁੰਦਾ ਤਾਂ ਦੇਖੋ y ਦੀ ਵੈਲਿਊ ਆਪਣੇ ਕੋਲ 3 ਆ ਗਈ ਠੀਕ ਹੈ ਉਸ ਤਰੀਕੇ ਦੇ ਨਾਲ ਵੀ ਆਪਣੇ ਕੋਲ 3 ਆਈ ਸੀ y ਦੀ ਵੈਲਿਊ ਆਪਾਂ ਉੱਥੇ ਇੱਕ ਵਾਰ ਲਿਖ ਲੈਣੇ ਆ ਠੀਕ ਹੈ ਜੀ y ਦੀ ਵੈਲਿਊ ਨੂੰ ਆਪਾਂ ਇੱਥੇ ਲਿਖ ਲੈਣੇ ਇੱਕ ਵਾਰ ਇੱਥੇ ਆਪਾਂ ਨੇ ਲਿਖ ਲਿਆ y 3 ਤਾਂ ਦੇਖੋ ਜੀ ਆਪਣੇ ਕੋਲ y ਦੀ ਵੈਲਿਊ 3 ਆ ਗਈ ਤਾਂ ਇਸੇ ਸਟੇਟਮੈਂਟ ਦੇ ਵਿੱਚ ਚਲੋ ਆਪਾਂ y ਦੀ ਵੈਲਿਊ ਭਰ ਲੈਨੇ ਆ x ਦੀ ਨਿਕਲ ਜੇਗੀ ਦੇਖੋ x y ਆਪਾਂ ਨੇ ਇੱਕ ਸਟੇਟਮੈਂਟ ਜਿਹੜੀ ਹੈਗੀ ਸੀ ਇੱਥੇ ਲਿਖੀ ਹੋਈ ਹੈ ਤੇ ਆਪਾਂ y ਦੀ ਵੈਲਿਊ ਇਸ ਦੇ ਵਿੱਚ ਹੀ ਭਰ ਦੇਣੀ ਆ 3x 4 ਲਿਖ ਲਿਆ y ਕਿੰਨਾ ਹੈ 3 3 ਠੀਕ ਹੈ ਜੀ ਉਸ ਤੋਂ ਬਾਅਦ ਦੇਖੋ 3x ਇਸੇ ਤਰ੍ਹਾਂ 4 3 12 30 ਤਾਂ 3x 30 12 12 ਇਸ ਦੇ ਵਿੱਚੋਂ ਘਟ ਜਾਏਗਾ ਠੀਕ ਹੈ 3x ਆਪਣੇ ਕੋਲ ਉਹੀ ਰਹਿ ਜਾਏਗਾ ਇਕੁਅਲ ਟੂ ਤਾਂ ਇੱਥੇ ਕਿੰਨਾ ਬਚ ਗਿਆ ਆਪਣੇ ਕੋਲ 18 ਬਣ ਗਿਆ ਠੀਕ ਹੈ ਮਤਲਬ 30 ਦੇ ਵਿੱਚੋਂ ਜਦੋਂ ਆਪਾਂ ਨੇ 12 ਘਟਾਇਆ ਤਾਂ 18 ਆ ਜਾਏਗਾ x ਇਕੁਅਲ ਟੂ ਕਿੰਨਾ ਬਣ ਗਿਆ 18 ਵਟਾ 3 18 ਵਟਾ 3 6 3 18 ਹੁੰਦਾ x ਦੀ ਵੈਲਿਊ ਆਪਣੇ ਕੋਲ 6 ਆ ਗਈ ਠੀਕ ਹੈ x ਤੇ y ਦੀਆਂ ਦੋਨਾਂ ਦੀਆਂ ਵੈਲਿਊ ਆਪਾਂ ਨੇ ਕੱਢ ਲਈਆਂ x ਦੀ ਵੈਲਿਊ ਆਪਣੇ ਕੋਲ ਆ ਗਈ 6 ਠੀਕ ਹੈ ਤਾਂ ਆਪਾਂ ਨੇ ਇੱਥੇ x ਦੀ ਵੈਲਿਊ ਨੂੰ 6 ਲਿਖ ਲੈਣਾ ਹੈ x ਬਰਾਬਰ ਤੇ x ਤੇ y ਦੀ ਇਹ ਦੋਨੋਂ ਵੈਲਿਊਜ਼ ਆਪਣੇ ਕੋਲ ਨਿਕਲ ਕੇ ਆ ਗਈਆਂ ਨੇ ਹੁਣ ਆਪਾਂ ਨੇ ਇਸ ਨੂੰ ਕੀ ਕਰਨਾ ਹੋਏਗਾ ਦੇਖੋ ਜਿਹੜੀ ਆ ਸਟੇਟਮੈਂਟ ਦੋਨੋਂ ਦੇਖੋ ਇੱਧਰ ਇੰਗਲਿਸ਼ ਵਾਲਾ ਇੱਧਰ ਪੰਜਾਬੀ ਵਾਲਾ ਠੀਕ ਹੈ ਤਾਂ ਦੇਖੋ ਇਹੀ ਸੇਮ ਹੈਗੀ ਤਾਂ ਇਸ ਨੂੰ 2x 5y ਇਸ ਦੇ ਵਿੱਚ ਆਪਾਂ ਨੇ x ਤੇ y ਦੀ ਵੈਲਿਊ ਨੂੰ ਪੁੱਟ ਕਰ ਦੇਣਾ 2x 5y ਤਾਂ ਦੇਖੋ ਜੀ ਇੱਥੇ 2 ਇਸੇ ਤਰ੍ਹਾਂ ਲਿਖ ਲਿਆ x ਦੀ ਵੈਲਿਊ ਆਪਣੇ ਕੋਲ 6 ਹੈਗੀ 6 ਲਿਖ ਲਓ 5 y ਦੀ ਵੈਲਿਊ ਕਿੰਨੀ ਹੈ y ਦੀ ਵੈਲਿਊ 3 ਹੈ ਯਾਨੀ ਕਿ 3 ਤਾਂ ਆਪਾਂ ਇੱਥੇ ਇਹ ਪੁੱਟ ਕਰਤੀ ਤਾਂ ਇੱਥੇ ਕਿੰਨਾ ਬਣ ਜਗਾ 6 ਦੋਣੀ 12 5 3 15 15 ਤੇ 12 ਨੂੰ ਜਦੋਂ ਆਪਾਂ ਨੇ ਜੋੜਿਆ ਤਾਂ ਇੱਥੇ ਹੋ ਜਾਏਗਾ 72 ਮਤਲਬ ਕਿ 27 ਜਿਹੜਾ ਇਸ ਦਾ ਆਨਸਰ ਆ ਜਾਏਗਾ 27 ਆਪਾਂ ਨੂੰ ਆਪਸ਼ਨ A ਦੇ ਵਿੱਚ ਮਿਲ ਰਿਹਾ ਹੈਗਾ ਇਸ ਤਰ੍ਹਾਂ ਆਪਾਂ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਸੀਗੇ ਬਾਕੀ ਤੋਂ ਤੁਸੀਂ ਮਲਟੀਪਲੀਕੇਸ਼ਨ ਮਤਲਬ ਕਿ ਜਦ ਤੁਹਾਡੀ ਸਪੀਡ ਜਿਹੜੀ ਜ਼ਿਆਦਾ ਹੋਏਗੀ ਉਸ ਤੇ ਨਾਲ ਤੁਸੀਂ ਕਰ ਸਕੋਗੇ ਇੱਥੇ ਆਪਾਂ ਸਮਝਾ ਵੀ ਰਹੇ ਹਾਂ ਇਸ ਕਰਕੇ ਟਾਈਮ ਜ਼ਿਆਦਾ ਲੱਗ ਰਿਹਾ ਬਾਕੀ ਜਿਹੜੇ ਕੈਂਡੀਡੇਟ ਥੋੜਾ ਪ੍ਰੈਕਟਿਸ ਕਰਨਗੇ ਉਹ ਇਦਾਂ ਹੀ ਸਟੇਟਮੈਂਟ ਦੇ ਵਿੱਚ ਦੇਖ ਕੇ ਕਿ ਇਸ ਦਾ ਮਤਲਬ ਕਿ ਇਸ ਨੂੰ ਸੈਟੀਸਫਾਈ ਕਿਸ ਤਰ੍ਹਾਂ ਕਰਨਾ ਹੈ ਉਹ ਇਸ ਤਰ੍ਹਾਂ ਹੀ ਬਣਾ ਲੈਣਗੇ ਇਸ ਨੂੰ ਠੀਕ ਹੈ ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਚੱਲਦੇ ਆਂ ਦੇਖੋ ਜੀ ਅਗਲਾ ਆਪਣਾ ਕੁਐਸਚਨ ਦਿੱਤਾ ਹੋਇਆ ਇੱਥੇ ਇਹ ਤਾਂ ਦੇਖੋ ਇਸ ਨੂੰ ਸੋਲਵ ਕਿਸ ਤਰ੍ਹਾਂ ਕਰ ਸਕਦੇ ਆਂ ਸੋਲਵ ਕਰਨ ਦੇ ਲਈ ਆਪਾਂ ਨੂੰ ਮੰਨ ਲਓ ਇਹ ਸਟੇਟਮੈਂਟ ਦਿੱਤੀ ਹੋਈ ਆ ਠੀਕ ਹੈ ਜਿਹੜਾ ਪਹਿਲਾਂ ਤਾਂ ਆਪਾਂ ਨੇ ਇਸ ਦੇ ਵਿੱਚੋਂ Y ਦੀ ਵੈਲਿਊ ਕੱਢਣੀ ਆ Y ਦੀ ਵੈਲਿਊ ਕੱਢਣੀ ਆ ਤੇ ਆ ਆਪਾਂ ਨੂੰ ਸਾਰੀ Z ਦੀ ਵੈਲਿਊ ਦਿੱਤੀ ਪਈ ਆ ਫਿਰ ਉਸ ਤੋਂ ਬਾਅਦ Y ਤੇ Z ਦੀ ਵੈਲਿਊ ਨੂੰ ਆਪਾਂ ਨੇ ਦੋਨਾਂ ਨੂੰ ਐਡ ਕਰ ਦੇਣਾ ਤੇ ਆਪਣਾ ਆਨਸਰ ਆਪਣੇ ਕੋਲ ਆ ਜਾਏਗਾ ਤਾਂ ਦੇਖੋ ਕਿਸ ਤਰ੍ਹਾਂ ਸੋਲਵ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇੰਨੀ ਸੰਖਿਆ ਨੂੰ ਚੱਕ ਲੈਣੇ ਆਂ ਦੇਖੋ ਜੀ ਆਪਣੇ ਕੋਲ ਹੈਗੀ 169 अपॉन ਦੇ ਵਿੱਚ 16.9 ਇਹ ਦਿੱਤਾ ਹੋਇਆ ਹੈ ਠੀਕ ਹੈ ਇਕੁਅਲ ਦਿੱਤਾ ਹੋਇਆ 0.169 نیچے ਹੈਗਾ y ਦੇਖੋ ਜੀ ਇੱਥੋਂ ਆਪਾਂ ਨੇ y ਦੀ ਵੈਲਿਊ ਕੱਢਣੀ ਹੈ ਤਾਂ ਦੇਖੋ ਤੁਹਾਨੂੰ ਦੱਸਿਆ ਸੀਗਾ نیچے ਮੰਨ ਲਓ ਆਪਾਂ ਨੇ ਇੱਥੇ ਪੁਆਇੰਟ ਖਤਮ ਕਰਨਾ ਹੈ ਇਹ ਵਾਲਾ ਪੁਆਇੰਟ ਜੇਕਰ ਆਪਾਂ ਨੇ ਖਤਮ ਕਰਨਾ ਹੈ ਠੀਕ ਹੈ ਤਾਂ ਕੀ ਕਰਾਂਗੇ ਉੱਪਰ 10 ਨਾਲ ਮਲਟੀਪਲਾਈ ਕਰ ਦਾਂਗੇ نیچے ਦਾ ਪੁਆਇੰਟ ਖਤਮ ਹੋ ਜਾਏਗਾ ਠੀਕ ਹੈ ਤਾਂ ਦੇਖੋ ਹੁਣ ਇੱਥੇ 169 ਉੱਪਰ 1690 ਬਣ ਗਿਆ ਇਹਨਾਂ ਨੂੰ ਕੱਟ ਸਕਦੇ ਕੱਟ ਕੇ ਉੱਪਰ ਕੀ ਆ ਜਾਏਗਾ 10 ਉੱਪਰ ਕੱਟ ਕੇ 10 ਆ ਜਾਏਗਾ ਜੇਕਰ ਤੁਸੀਂ ਬਿਨਾਂ ਪੁਆਇੰਟ ਖਤਮ ਕਰੇ ਵੀ ਕੱਟਣਾ ਚਾਹੁੰਦੇ ਹੋ ਤਾਂ ਵੀ ਇਸ ਨੂੰ ਕੱਟ ਸਕਦੇ ਹੋ ਠੀਕ ਹੈ ਇੱਥੇ 1 ਹੋ ਜਾਏਗਾ ਇੱਥੇ ਹੁੰਦਾ 10 ਤਾਂ ਇੱਥੇ ਕੀ ਬਣ ਗਿਆ ਆਪਣੇ ਕੋਲ ਦੇਖੋ ਜੀ ਇੱਥੇ ਸਾਰਾ ਕੁਝ ਕੱਟ ਜਾਏਗਾ ਇਹ ਸਾਰਾ ਕੁਝ ਕੱਟ ਕੇ ਆਪਣੇ ਕੋਲ ਸਿਰਫ ਤੇ ਸਿਰਫ ਕੀ ਬਚੇ ਇੱਥੇ 10 ਬਚ ਗਿਆ ਠੀਕ ਹੈ ਤੇ ਆਹ 10 ਇੱਧਰ ਡਿਵਾਈਡ ਦੇ ਵਿੱਚ ਪਿਆ ਉਧਰ ਜਾ ਕੇ ਮਲਟੀਪਲਾਈ ਹੋ ਜਾਏਗਾ 10 ਦੇ ਨਾਲ 2y ਲੱਗ ਜਾਏਗਾ ਤੇ ਆਪਾਂ ਨੇ ਇਥੋਂ ਵੀ ਇਸ ਨੂੰ ਬਾਇ ਨੂੰ ਇਹ ਕਰਤਾ ਦੇਖੋ ਜੀ ਇਹ ਆਪਣੇ ਕੋਲ ਇੱਕ ਸਟੇਟਮੈਂਟ ਬਣ ਚੁੱਕੀ ਹੈ ਹੁਣ ਦੇਖੋ ਜੀ ਬਾਇ ਉਧਰ ਚਲਾ ਗਿਆ ਬਾਇ ਦੀ ਤਾਂ ਆਪਾਂ ਨੇ ਵੈਲਿਊ ਕੱਢਣੀ ਹੈ ਤੇ ਇੱਥੇ ਆ ਦੱਸ ਸੀਗਾ ਜਿਹੜਾ ਇੱਧਰ ਮਲਟੀਪਲਾਈ ਡਿਵਾਈਡ ਦੇ ਵਿੱਚ ਆ ਜਾਏਗਾ ਉਧਰ ਮਲਟੀਪਲਾਈ ਦੇ ਵਿੱਚ ਸੀਗਾ ਠੀਕ ਹੈ ਤਾਂ ਦੇਖੋ ਜੀ ਇਹ ਆਪਣਾ ਇੰਨੀ ਸਟੇਟਮੈਂਟ ਬਣ ਚੁੱਕੀ ਹੈ ਜਾਨੀ ਕਿ Y ਦੀ ਆਪਾਂ ਨੇ ਵੈਲਿਊ ਇਥੋਂ ਕੱਢ ਲਈ ਹੈ ਹੁਣ ਦੇਖੋ ਜੀ Y ਦੀ ਵੈਲਿਊ ਆਪਣੇ ਕੋਲ ਇਹ ਆ ਗਈ ਤੇ X ਤੇ Z ਦੀ ਵੈਲਿਊ ਆਪਣੇ ਕੋਲ ਆ ਸਾਰੀ ਪਈਏਗੀ ਇੱਧਰ ਆ ਠੀਕ ਹੈ ਇਹਨਾਂ ਨੂੰ ਆਪਾਂ ਨੇ ਦੋਨਾਂ ਨੂੰ ਐਡ ਕਰਨਾ ਹੋਵੇਗਾ ਠੀਕ ਹੈ Y ਤੇ Z ਦੀ ਵੈਲਿਊ ਨੂੰ ਹੁਣ ਦੇਖੋ ਜੀ ਜਿਹੜੀਆਂ ਦੂਜੀਆਂ ਵੈਲਿਊਜ਼ ਨੇ ਪੁਆਇੰਟਾਂ ਦੇ ਵਿੱਚ ਨੇ ਤਾਂ ਆਪਾਂ ਇੱਕ ਵਾਰ ਇਸ ਨੂੰ Y ਦੀ ਵੈਲਿਊ ਨੂੰ ਵੀ ਆਪਾਂ ਪੁਆਇੰਟਾਂ ਦੇ ਵਿੱਚ ਚੇਂਜ ਕਰ ਲੈਣੇ ਆ ਪੁਆਇੰਟ ਜਦੋਂ ਆਪਾਂ ਹਟਾਉਨੇ ਆ ਠੀਕ ਹੈ ਤਾਂ ਇਹ 0.0169 ਇਹ ਹੋ ਜਾਏਗੀ ਠੀਕ ਹੈ ਆਪਾਂ ਨੇ 10 ਨੂੰ ਨੀਚੇ ਤੋਂ ਹਟਾ ਦਿੱਤਾ Y ਦੀ ਵੈਲਿਊ ਤਾਂ ਇਹ ਆ ਗਈ ਉਸ ਤੋਂ ਬਾਅਦ ਆਪਾਂ Z ਵਾਲੀ ਵੈਲਿਊ ਨੂੰ ਇਸ ਦੇ ਵਿੱਚ ਐਡ ਕਰ ਲੈਣੇ ਆ 0.1 ਆਏਗਾ ਠੀਕ ਹੈ 0.1 ਤਾਂ ਇਹ ਆਪਾਂ ਨੇ ਦੇਖ ਲਿਆ ਤਾਂ ਇਦਾਂ ਹੀ ਆਪਾਂ ਇਸ ਦੇ ਵਿੱਚ ਜੋੜ ਕਰ ਦਾਂਗੇ 0.02 0.02 ਪੁਆਇੰਟ ਦੀ ਸਥਿ ਦੇ ਵਿੱਚ ਪੁਆਇੰਟ ਲਿਖਣਾ ਹੈ ਠੀਕ ਹੈ ਉਸ ਤੋਂ ਬਾਅਦ 0.005 0.005 ਤਾਂ ਦੇਖੋ ਜੀ ਇਹ ਸਾਰੀਆਂ ਸੰਖਿਆਵਾਂ ਆਪਾਂ ਨੇ ਲਿਖ ਲਈਆਂ ਠੀਕ ਹੈ ਹੁਣ ਆਪਾਂ ਇਸ ਨੂੰ ਸੋਲਵ ਕਿਸ ਤਰ੍ਹਾਂ ਕਰਾਂਗੇ ਸੋਲਵ ਕਰਨ ਦੇ ਲਈ ਇੱਕ ਵਾਰ ਆਪਾਂ ਨੂੰ ਤੁਹਾਨੂੰ ਵੈਸੇ ਵੀ ਆਪਾਂ ਨੇ ਸਮਝਾਇਆ ਹੋਇਆ ਕਿ ਜ਼ੀਰੋਆਂ ਨੂੰ ਆਪਾਂ ਨੇ ਸੇਮ ਕਰ ਲੈਣਾ ਠੀਕ ਹੈ ਜਿਹੜਾ ਡੈਸੀਮਲ ਵਾਲਾ ਚੈਪਟਰ ਆਪਾਂ ਨੇ ਕੀਤਾ ਹੋਇਆ ਉਸ ਦੇ ਵਿੱਚ ਇਹ ਸਭ ਕੁਝ ਆਪਾਂ ਨੇ ਸਿੱਖਿਆ ਹੋਇਆ ਹੈ ਤਾਂ ਦੇਖੋ ਜੀ ਇੱਥੇ ਆ ਜਾਏਗਾ 9 ਇਹਨਾਂ ਦਾ ਜੋੜ ਕਰਨਾ ਹੈ ਨਾ b ਤੇ z ਦਾ ਇਹ ਸਾਰੀ ਵੈਲਿਊ ਹੈਗੀ ਜਿਹੜੀ ਆਪਣੀ z ਦੀ ਹੈ ਇਹ y ਹੈ b ਤੇ z ਦਾ ਆਪਾਂ ਹੁਣ ਕੀ ਕਰ ਰਹੇ ਹਾਂ ਜੋੜ ਕਰ ਰਹੇ ਹਾਂ ਠੀਕ ਹੈ ਜੀ ਤਾਂ ਦੇਖੋ ਇਹਨਾਂ ਦਾ ਜੋੜ ਕਰਕੇ 5 ਤੇ 6 11 ਹੁੰਦਾ 1 ਆ ਜਾਏਗਾ 1 ਉੱਪਰ ਚਲਾ ਗਿਆ ਕੈਰੀ ਤਾਂ ਦੇਖੋ 2 ਤੇ 2 4 ਬਣ ਗਿਆ 4 ਤੇ 1 ਹੋਰ ਆ ਗਿਆ ਪੁਆਇੰਟ ਇਹੀ ਉੱਤਰ ਗਿਆ ਇੱਥੇ ਹੋ ਜਾਏਗਾ 0 0.1419 0.1419 অপশন বি ਆਪਣਾ ਇਸ ਦਾ রাইਟ ਆਨਸਰ ਹੋ ਜਾਗਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ ਸੋਲਵ ਕਰ ਸਕਦੇ ਹੋ ਬਾਕੀ ਪ੍ਰੈਕਟਿਸ ਤੇ ਹੈ ਕਿ ਤੁਸੀਂ ਇਸ ਨੂੰ ਕਿੰਨਾ इजीली ਸਮਝਦੇ ਹੋ ਤੇ ਕਿੰਨਾ ਹੀ ਇਸ ਨੂੰ ਸਪੀਡ ਦੇ ਨਾਲ ਸੋਲਵ ਕਰਦੇ ਹੋ ਤਾਂ ਦੇਖੋ ਜੀ ਇਹ ਕੁਐਸਚਨ ਹੈਗਾ ਠੀਕ ਹੈ ਵੈਸੇ ਆਪਣੀ ਸਿਲੇਬਸ ਦੇ ਵਿੱਚ ਇਹਨਾਂ ਨੇ ਨਹੀਂ ਲਿਖਿਆ ਹੋਇਆ ਵੈਸੇ ਇਹ ਕੁਐਸਚਨ ਪੇਪਰਾਂ ਦੇ ਵਿੱਚ ਬਹੁਤ ਬਾਰ ਹੀ ਇਸ ਤਰ੍ਹਾਂ ਦੇ ਆਏ ਨੇ ਪੰਜਾਬ ਟੈਟ ਦਾ ਜਿਹੜਾ ਪਰਸੋ ਚੌਥੇ ਪੇਪਰ ਹੋਇਆ ਸੀ ਉਸ ਦੇ ਵਿੱਚ ਵੀ ਆ ਰਿਹਾ ਸੀਗਾ ਤਾਂ ਆਪਾਂ ਇਸ ਨੂੰ ਕਰ ਲੈਨੇ ਸਵਾਲ ਨੂੰ ਠੀਕ ਹੈ ਜੀ ਤਾਂ ਦੇਖੋ ਜੀ ਇਹ ਸੰਖਿਆ ਦਿੱਤੀ ਹੋਈ ਹੈ 7 ਦੀ ਪਾਵਰ 190 ਹੈ 7 ਦੀ ਪਾਵਰ 1 9 0 ਦਿੱਤਾ ਹੋਇਆ ਹੈ ਠੀਕ ਹੈ ਤੇ ਇਹਨਾਂ ਨੇ ਕਿਹਾ ਇਸ ਦਾ ਅਖੀਰਲਾ ਅੰਕ ਪਤਾ ਕਰਨਾ ਹੈ ਮੰਨ ਲਓ ਦੇਖੋ ਇੱਥੇ ਆਪਾਂ ਨੂੰ ਦਿੱਤਾ ਹੋਇਆ ਹੈ 2 ਦੀ ਪਾਵਰ 2 ਦਿੱਤਾ ਹੋਇਆ ਹੈ ਠੀਕ ਹੈ ਤਾਂ ਆਪਾਂ ਇਸ ਨੂੰ ਕਿਵੇਂ ਸੋਲਵ ਕਰਦੇ ਹੁੰਦੇ ਆ 2 2 ਤਾਂ ਮਤਲਬ ਕਿ ਕੀ ਬਣੇਗਾ ਇਸ ਦਾ 2 2 4 ਬਣੇਗਾ ਤਾਂ ਇਹ ਆਪਣਾ ਇਸ ਦਾ ਆਨਸਰ ਆ ਗਿਆ ਮਤਲਬ ਕਿ ਕਹਿ ਸਕਦੇ ਆ ਕਿ ਜੇਕਰ ਇੱਥੇ ਮੰਨ ਲਓ 14 ਵੀ ਹੈ ਤਾਂ ਇਸ ਦਾ ਯੂਨਿਟ ਡਿਜੀਟ ਜਾਨੀ ਕਿ ਅਖੀਰਲਾ ਅੰਕ ਜਾਂ ਆਪਾਂ ਕਹਿ ਸਕਦੇ ਆ ਇਕਾਈ ਦਾ ਅੰਕ 4 ਹੋ ਗਿਆ ਠੀਕ ਹੈ ਮੰਨ ਲਓ ਆਪਣੇ ਕੋਲ ਤਾਂ ਆ ਹੀ 4 ਸੀਗਾ ਤਾਂ ਇਹ ਹੀ ਇਕਾਈ ਦਾ ਅੰਕ ਹੈ ਆ ਇਹ ਆਪਾਂ ਨੂੰ ਪਤਾ ਕਰਨਾ ਹੋਵੇਗਾ ਠੀਕ ਹੈ ਜਿਵੇਂ ਕਿ ਹੁਣ ਤੁਸੀਂ ਦੇਖੋ ਇੱਥੇ ਆਪਾਂ ਨੂੰ ਸੰਖਿਆ ਕੀ ਦਿੱਤੀ ਹੋਈ ਆ ਆਪਾਂ ਨੂੰ ਸੰਖਿਆ ਹੀ ਏਡੀ ਵੱਡੀ ਦੇ ਦਿੱਤੀ ਕਿ ਆਪਾਂ 7 ਨੂੰ ਤਾਂ 190 ਵਾਰ ਲਿਖ ਨਹੀਂ ਸਕਦੇ 7 7 7 ਠੀਕ ਹੈ ਤਾਂ ਕਿੰਨੇ ਕ ਵਾਰ ਆਪਾਂ ਲਿਖ ਸਕਦੇ ਆ ਤਾਂ ਇਸ ਦਾ ਇੱਕ ਤਰੀਕਾ ਹੁੰਦਾ ਹੈ ਕਿ ਆਪਾਂ ਇਸ ਨੂੰ ਕਿਸ ਤਰ੍ਹਾਂ ਸੋਲਵ ਕਰ ਸਕਦੇ ਆ ਇਸ ਨੂੰ ਸੋਲਵ ਕਰਨ ਦੇ ਲਈ ਦੇਖੋ 4 ਤੇ ਡਿਵਾਈਡ ਕਰ ਲੈਣੀ ਹੈ ਜਿਹੜੀ ਇਸ ਦੀ ਪਾਵਰ ਦਿੱਤੀ ਹੁੰਦੀ ਹੈ ਠੀਕ ਹੈ ਇਸ ਦੀ ਪਾਵਰ ਹੈਗੀ 190 ਠੀਕ ਹੈ 190 ਨੂੰ ਆਪਾਂ ਨੇ ਡਿਵਾਈਡ ਕਰ ਲੈਣੇ 4 ਤੇ 190 ਤੇ ਬਾਕੀ ਤੁਸੀਂ ਚਾਰ ਦਾ ਨਿਯਮ ਤੁਹਾਨੂੰ ਪਤਾ ਹੋਵੇਗਾ ਕਿ ਜਿਹੜੀ ਸੰਖਿਆ ਹੋਏਗੀ ਜਿਹੜੀ ਸੰਖਿਆ ਮੰਨ ਲਓ ਇੱਥੇ ਮੰਨ ਲਓ 2590 ਹੈ ਠੀਕ ਹੈ ਮਤਲਬ ਕਿ ਕਿੰਨੀ ਵੀ ਲੰਬੀ ਸੰਖਿਆ ਕਿਉਂ ਨਾ ਹੋਵੇ ਜੇਕਰ ਇਸ ਦੇ ਪਿਛਲੇ ਦੋ ਅੱਖਰ ਚਾਰ ਦੇ ਭਾਗ ਹੁੰਦੇ ਹੋਣ ਤਾਂ ਉਹ ਸੰਖਿਆ ਚਾਰ ਦੇ ਭਾਗ ਹੁੰਦੀ ਹੈ ਠੀਕ ਹੈ ਤਾਂ ਆਪਾਂ ਇਸ ਦੇ ਪਿਛਲੇ ਦੋ ਅੱਖਰ ਜਾਨੀ ਕਿ 90 ਨੂੰ ਚੱਕ ਲੈਣੇ ਆ ਠੀਕ ਹੈ ਇਸ ਨੂੰ ਆਪਾਂ ਚਾਰ ਤੇ ਡਿਵਾਈਡ ਕਰ ਲੈਣੇ ਆ ਇਸ ਨੂੰ ਚਾਰ ਤੇ ਡਿਵਾਈਡ ਹਰੇਕ ਨੂੰ ਹੀ ਚਾਰ ਤੇ ਡਿਵਾਈਡ ਕਰਨਾ ਪਏਗਾ ਇਹ ਰੂਲ ਹੀ ਹੈ ਇਸ ਦਾ ਠੀਕ ਹੈ ਚਾਰ ਤੇ ਡਿਵਾਈਡ ਕੀਤਾ ਠੀਕ ਹੈ ਤਾਂ ਇੱਥੇ 88 ਹੋ ਜਾਏਗਾ ਠੀਕ ਹੈ ਇੱਥੇ 88 ਆ ਜਾਏਗਾ ਆਪਾਂ ਨੂੰ ਇਹ ਦਾ ਮਤਲਬ ਨਹੀਂ ਹੈ ਕਿ ਇੱਥੇ ਆਪਣਾ ਕਿੰਨੇ ਤੇ ਗਿਆ 88 ਵਾਈ ਤੇ ਜਾਂ ਕਿੰਨੇ ਤੇ ਠੀਕ ਹੈ ਇੱਥੇ ਆਪਾਂ ਨੂੰ ਰਿਮਾਈਂਡਰ ਤੇ ਹੋਏਗਾ ਕਿ ਇੱਥੇ ਆਪਣਾ ਇੱਥੇ 88 ਸੌਰੀ ਤਾਂ ਇੱਥੇ ਆਪਣਾ ਦੋ ਰਿਮਾਈਂਡਰ ਬਚ ਗਿਆ ਜਿਹੜਾ ਇਹ ਦੋ ਬਚਿਆ ਠੀਕ ਹੈ ਇਹ ਦੋ ਬਚਿਆਗਾ ਜਿਹੜਾ ਇੱਥੇ ਆ 190 ਦੀ ਜਗ੍ਹਾ ਤੇ ਦੋ ਲਿਖ ਲਉ ਮਤਲਬ ਕਿ 7 ਦੀ ਪਾਵਰ 190 ਸੀ ਠੀਕ ਹੈ ਜਿਹੜਾ ਇੱਥੇ ਬਚੇਗਾ ਦੋ ਇੱਥੇ ਆਪਾਂ ਨੇ ਇਸ ਨੂੰ ਦੋ ਨੂੰ ਲਿਖ ਲੈਣਾ ਦੋ ਕਿਉਂ ਲਿਖਿਆ ਇੱਥੇ ਮਤਲਬ ਕਿ ਜੇਕਰ ਇੱਥੇ ਮੰਨ ਲ ਕਾਮਯਾ ਆਪਣੇ ਹੋਰ ਅੱਗੇ ਪਹਾੜਾ ਪੜਨਾ ਸੀ ਇਸ ਨੂੰ ਡਿਵਾਈਡ ਕਰਨਾ ਸੀ ਦੋ ਇਹ ਚਾਰ ਤੋਂ ਛੋਟਾ ਆ ਗਿਆ ਤਾਂ ਕਰਕੇ ਆਪਣੇ ਦੋ ਤੇ ਪੈਂਡਾ ਛੱਡ ਦਿੱਤਾ ਜੇਕਰ ਇੱਥੇ ਜ਼ੀਰੋ ਆ ਜਾਂਦਾ ਤਾਂ ਆਪਾਂ ਨੇ ਚਾਰ ਤੇ ਹੀ ਕਰਨਾ ਸੀਗਾ ਇੱਥੇ ਪਾਵਰ ਇਸ ਦੀ ਚਾਰ ਬਣ ਜਾਂਦੀ ਬਾਕੀ ਜੇਕਰ 1 2 3 ਜਿੰਨਾ ਵੀ ਰਿਮਾਈਂਡਰ ਬਚੇ ਉਹ ਆਪਾਂ ਨੇ ਉਹੀ ਲਿਖ ਦੇਣਾ ਜਿੰਨਾ ਕਿ ਬਚੇ ਜੇਕਰ ਜ਼ੀਰੋ ਆ ਜੇ ਤਾਂ ਚਾਰ ਲਿਖਣਾ ਹੈ ਠੀਕ ਹੈ ਤਾਂ ਦੇਖੋ 7 ਦੀ ਪਾਵਰ ਆਪਣੇ ਕੋਲ ਦੋ ਬਣ ਗਈ ਹੁਣ 7 ਨੂੰ ਦੋ ਵਾਰ ਤਾਂ ਆਪਾਂ ਲਿਖ ਹੀ ਸਕਦੇ ਆ 7 7 ਠੀਕ ਹੈ ਤਾਂ ਦੇਖੋ ਇੱਥੇ ਆਪਾਂ 7 ਦੀ 7 ਨਾਲ ਗੁਣਾ ਕਰਾਂਗੇ ਤਾਂ 49 ਆ ਜਾਏਗਾ 49 ਦੇ ਵਿੱਚ ਲਾਸਟ ਅ ਤਾਂ ਦੇਖੋ ਜੀ অপਸ਼ਨ D ਦੇ ਵਿੱਚ ਪਿਆ 9 ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਇਸ ਨੂੰ ਸੋਲਵ ਕਰ ਸਕਦੇ ਹਾਂ ਜੇਕਰ ਮੰਨ ਲਓ ਇੱਥੇ ਹੁੰਦਾ 700 ਅ 51 ਠੀਕ ਹੈ 52 ਹੁੰਦਾ ਠੀਕ ਹੈ ਤਾਂ ਮੰਨ ਲਓ ਇਸ ਦੀ ਪਾਵਰ 190 ਹੁੰਦੀ ਤਾਂ ਆਪਾਂ ਨੇ ਕੀ ਕਰਨਾ ਸੀ ਤਾਂ ਇਹ ਸਾਰਿਆਂ ਨੂੰ ਦੁਬਾਰੇ ਦੁਬਾਰੇ ਨਹੀਂ ਸੀਗੇ ਆਪਾਂ ਨੇ ਲਿਖਣਾ ਬਸ ਇਕਾਈ ਦਾ ਅੰਕ ਲਿਖੋ ਉਸ ਦੀ ਪਾਵਰ ਓਨੀ ਹੀ ਬਣਾ ਦਿਓ ਜਿੰਨੀ ਰਿਮਾਈਂਡਰ ਹੋਵੇ ਤਾ ਇੱਥੇ ਆਪਾਂ ਨੇ ਇਸ ਨੂੰ 2 2 ਲਿਖਣਾ ਸੀਗਾ ਤੇ ਇਸ ਦੀ ਮਲਟੀਪਲਾਈ ਕਰਕੇ 4 ਆਉਂਦਾ ਸੀ ਇਸ ਤਰ੍ਹਾਂ ਮਤਲਬ ਕਿ ਆਪਾਂ ਇਸ ਨੂੰ ਸੋਲਵ ਕਰ ਸਕਾਂਗੇ ਠੀਕ ਹੈ ਤਾਂ ਤੁਸੀਂ ਇਸ ਸਵਾਲ ਨੂੰ ਹੁਣ ਜ਼ਰੂਰ ਸੋਲਵ ਕਰ ਸਕੋਗੇ ਜੇਕਰ ਤੁਹਾਡੇ ਪੇਪਰ ਦੇ ਵਿੱਚ ਆ ਜਾਂਦੇਗਾ ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਚੱਲਦੇ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ 9 ਨਾਲ ਪੂਰਨ ਭਾਗ ਨਹੀਂ ਹੋਵੇਗੀ ਠੀਕ ਹੈ ਨਹੀਂ ਹੋਵੇਗੀ ਇਹਨਾਂ ਦੇ ਵਿੱਚੋਂ ਤਾਂ ਦੇਖੋ ਤੁਸੀਂ ਇੱਥੇ ਸ਼ਾਇਦ ਹੋਵੇਗੀ ਆਉਣਾ ਸੀਗਾ ਠੀਕ ਹੈ ਜਿੱਥੋਂ ਆਪਾਂ ਨੇ ਪੇਪਰ ਦੇ ਵਿੱਚੋਂ ਕੁਐਸਚਨ ਚੱਕੇ ਉੱਥੇ ਹੋਵੇਗੀ ਇਹਨਾਂ ਦੇ ਵਿੱਚੋਂ ਨੌ ਦੇ ਵਿੱਚ ਨੌ ਦੇ ਨਾਲ ਕਿਹੜੀ ਸੰਖਿਆ ਭਾਗ ਹੋਏਗੀ ਚਾਰ ਆਪਸ਼ਨ ਆਪਾਂ ਦਿੱਤੀਆਂ ਹੋਈਆਂ ਨੇ ਤਾਂ ਦੇਖੋ ਜੀ ਕੀ ਆਪਾਂ ਇੰਨੀਆਂ ਸੰਖਿਆਵਾਂ ਨੂੰ ਨੌ ਦੇ ਨਾਲ ਭਾਗ ਕਰਕੇ ਦੇਖਾਂਗੇ ਨਹੀਂ ਇਹਦਾ ਜਿਵੇਂ ਕਿ ਭਾਜਕਤਾ ਦੇ ਨਿਯਮ ਹੁੰਦੇ ਨੇ ਕਿ ਆਪਾਂ ਕਿਸ ਤਰ੍ਹਾਂ ਸੋਲਵ ਕਰ ਸਕਦੇ ਹਾਂ ਜਿਵੇਂ ਕਿ ਤੁਹਾਨੂੰ ਚਾਰ ਦਾ ਦੱਸਿਆ ਸੀਗਾ ਜੇਕਰ ਪੁੱਛਿਆ ਜਾਂਦਾ ਕਿ ਚਾਰ ਤੇ ਭਾਗ ਹੋਵੇਗੀ ਜਾਂ ਨਹੀਂ ਤਾਂ ਆਪਾਂ ਲਾਸਟ ਦੇ ਦੋ ਅੰਕ ਦੇਖ ਲੈਂਦੇ ਕਿ ਉਹ ਚਾਰ ਦੇ ਭਾਗ ਹੁੰਦੇ ਨੇ ਜਾਂ ਨਹੀਂ ਠੀਕ ਹੈ ਵੈਸੇ ਵੀ ਆਪਾਂ ਨੂੰ ਦੇਖਣਾ ਹੋਏਗਾ ਕਿ ਜਿਸਤ ਸੰਖਿਆ ਹੁੰਦੀ ਸੀਗਾ ਜਾਂ ਇਦਾਂ ਵੀ ਠੀਕ ਹੈ ਬਾਕੀ ਆਪਾਂ ਸਪੈਸ਼ਲ ਕਲਾਸ ਦੇ ਵਿੱਚ ਕਰਾਂਗੇ ਕਿ ਤੁਸੀਂ ਕਿਹੜੀ ਸੰਖਿਆ ਨੂੰ ਕਿੰਨੇ ਨਾਲ ਭਾਗ ਕਰ ਸਕਦੇ ਹੋ ਜਾਂ ਨਹੀਂ ਇੱਕ ਪੇਪਰ ਦੇ ਵਿੱਚ ਇੱਕ ਕੁਐਸਚਨ ਆਇਆ ਹੋਇਆ ਸੀਗਾ ਇਸ ਕਰਕੇ ਚਲੋ ਆਪਾਂ ਨੇ ਲੈ ਲਿਆ ਕੁਐਸਚਨ ਇਸੇ ਤਰ੍ਹਾਂ ਆਪਾਂ ਇਸ ਨੂੰ ਸੋਲਵ ਕਰਦੇ ਹਾਂ 9 ਨਾਲ ਭਾਗ ਦੱਸਣਾ ਹੈ ਕਿ ਹੋਏਗੀ ਜਾਂ ਨਹੀਂ ਇਹ ਠੀਕ ਹੈ ਤਾਂ ਦੇਖੋ 9 ਦੇ ਨਾਲ ਜੇਕਰ ਆਪਾਂ ਨੇ ਭਾਗ ਕਰਨੀ ਹੋਵੇ ਤਾਂ ਇਸ ਦਾ ਰੂਲ ਹੁੰਦਾ ਹੈ ਕਿ ਇਹਨਾਂ ਸਾਰੀਆਂ ਸੰਖਿਆਵਾਂ ਦਾ ਜੋੜ 9 ਹੋਣਾ ਚਾਹੀਦਾ ਹੈ ਤਾਂ ਦੇਖੋ ਇਹਦੇ ਵਿੱਚ ਇਹ 9 ਪਿਆ 9 ਪਿਆ ਮਤਲਬ ਕਿ ਇੱਥੋਂ ਤੱਕ ਤਾਂ ਹੋ ਸਕਦੀ ਸੀ ਕਿ ਭਾਗ ਜੇਕਰ ਇਹਨਾਂ ਦਾ ਜੋੜ 9 ਤੇ ਨਹੀਂ ਹੁੰਦਾ ਇਹਨਾਂ ਸਾਰੀਆਂ ਸੰਖਿਆਵਾਂ ਦਾ ਜੋੜ ਜੇਕਰ 9 ਨਹੀਂ ਹੈ ਤਾਂ ਇਹ 9 ਦੇ ਉੱਤੇ ਭਾਗ ਨਹੀਂ ਹੋਏਗੀ ਤਾਂ ਦੇਖੋ ਇੱਥੇ 2 9 ਪਈ ਸੀ ਕਿ ਮਤਲਬ ਕਿ ਇੱਥੋਂ ਤੱਕ ਹੋ ਸਕਦੀ ਸੀ ਇੱਥੇ 7 ਤੇ 2 9 ਠੀਕ ਹੈ ਮਤਲਬ ਕਿ ਇਹ ਵੀ ਹੋ ਸਕਦੀ ਸੀ ਜਿਹੜਾ ਆਹ ਇੱਕ ਸੀਗਾ ਇਹ ਵੱਧ ਗਿਆ ਮਤਲਬ ਕਿ ਇਹ ਸੰਖਿਆ 9 ਤੇ ਭਾਗ ਨਹੀਂ ਹੋ ਸਕਦੀ ਇਸ ਨੂੰ ਤਾਂ ਕੱਟ ਦਿਓ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ 9 ਪਿਆ 9 ਕੱਟ ਦਿਓ 9 ਨੂੰ ਕੱਟੀ ਜਾਣਾ ਜੇਕਰ 9 9 ਪਿਆ ਤਾਂ ਉਸ ਨੂੰ ਕੱਟਦੇ ਜਾਓ ਜੇਕਰ ਉਹ ਸਾਰੀ ਸੰਖਿਆ 9 ਦੇ ਉੱਤੇ ਕੱਟ ਜਾਵੇ मतलब कि ਉਸਦੇ ਨਾਲ ਭਾਗ ਹੋ ਜੇਗੀ ਠੀਕ ਹੈ ਹੁਣ ਦੇਖੋ ਜੀ 5 ਪਿਆ 5 ਤੇ 2 7 ਤੇ ਦੋਨੋਂ ਠੀਕ ਹੈ ਇਹ ਵੀ ਇੰਨਾ ਪਿਆ ਸੀਗਾ ਉਸ ਤੋਂ ਬਾਅਦ 5 ਤੇ 1 6 ਯਾਨੀ ਕਿ 6 ਬਚੇ ਜੇਕਰ ਇਹ 9 ਬਣ ਜਾਂਦਾ ਤਾਂ ਇਹ ਵੀ ਹੋ ਜਾਂਦੀ ਇਹ ਵੀ ਨਹੀਂ ਹੋਏਗੀ 9 ਦੇ ਨਾਲ ਭਾਗ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਸ ਨੂੰ ਦੇਖ ਲੈਨੇ ਆ 8 ਤੇ 1 9 ਇਹ ਵੀ 9 ਕੱਟ ਗਿਆ ਉਸ ਤੋਂ ਬਾਅਦ 36 ਤੇ 13 ਆਪੇ 9 ਇਹ ਹੋ ਗਿਆ 9 ए हो गया यानी कि ए संख्या है कि जेनी 9 ਦੇ ਉੱਤੇ ਭਾਗ ਹੋਏਗੀ ਤਾਂ ਤੁਸੀਂ ਜਾ ਕੇ ਇਸ ਨੂੰ ਦੇਖ ਸਕਦੇ ਹੋ ਇਹ 9 ਤੇ ਭਾਗ ਹੋ ਜਾਏਗੀ ਠੀਕ ਹੈ ਇਹ ਆਪਣਾ ਰਾਈਟ ਆਨਸਰ ਹੈ ਬਾਕੀ ਦੇਖੋ ਹੋਰ ਇਸ ਨੂੰ ਹੋਰ ਨੂੰ ਵੀ ਦੇਖ ਸਕਦੇ ਹਾਂ 9 ए पे है 9 ਕੱਟ ਲਿਆ 8 ਤੇ 1 9 ए ਕੱਟ ਲਿਆ 5 ਤੇ 4 9 ए ਕੱਟ ਲਿਆ ਮਤਲਬ ਕਿ ਇੰਨੀ ਸੰਖਿਆ ਜੇਕਰ ਹੁੰਦੀ ਤਾਂ ਇਹ 9 ਤੇ ਭਾਗ ਹੋ ਜਾਂਦੀ ਠੀਕ ਹੈ ਆ ਦੋ ਇਸ ਦੇ ਵਿੱਚ ਐਕਸਟਰਾ ਇਸ ਕਰਕੇ ਇਹ ਵੀ 9 ਤੇ ਨਹੀਂ ਭਾਗ ਹੋਏਗੀ ਬਾਕੀ ਇਸ ਤਰ੍ਹਾਂ ਤੁਸੀਂ ਇਸ ਨੂੰ ਆਪਸ਼ਨਾਂ ਨੂੰ ਕੱਟ ਸਕਦੇ ਹੋ ਜੇਕਰ 3 ਕਿਹਾ ਹੁੰਦਾ ਤਾਂ ਆਪਾਂ ਨੇ 3 ਤੇ ਕੱਟ ਕੇ ਦੇਖ ਲੈਣੀਆਂ ਸੀਗੀਆਂ ਠੀਕ ਹੈ ਬਾਕੀ ਤੁਸੀਂ ਦੇਖੋ ਦੇਖੋ ਜੇਕਰ ਇਹ ਦੋ ਸੰਖਿਆਵਾਂ ਮੰਨ ਲਓ ਇਦਾਂ ਹੁੰਦਾ ਕਿ ਇਹ ਦੋ ਸੰਖਿਆਵਾਂ ਦਾ ਜੋੜ 9 ਆ ਜਾਂਦਾ ਠੀਕ ਹੈ ਦੋ ਤੇ ਹੁੰਦੀਆਂ ਨੇ ਇਹ 9 ਤੇ ਠੀਕ ਹੈ ਤਾਂ ਆਪਣਾ ਦੋ ਦੋਨੋਂ ਸੰਖਿਆਵਾਂ 'ਚ ਆਂਸਰ ਹੋਣਾ ਸੀਗਾ ਜੇਕਰ ਮੰਨ ਲਓ ਇਹ ਦੋਨੋਂ ਸੰਖਿਆਵਾਂ 9 ਤੇ ਹੁੰਦੀਆਂ ਹੁੰਦੀਆਂ ਡਿਵਾਈਡ ਤਾਂ ਇਹਨਾਂ ਨੇ ਕੀ ਕਹਿਣਾ ਸੀਗਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਹੈ ਇਹਨਾਂ ਦੇ ਵਿੱਚੋਂ ਛੋਟੀ ਵੀ ਉਹਨਾਂ ਨੂੰ ਕਹਿਣਾ ਪੈਂਦਾ ਜੇਕਰ ਦੋਨੇ ਸੰਖਿਆਵਾਂ 9 ਦੇ ਉੱਤੇ ਭਾਗ ਹੁੰਦੀਆਂ ਪਰ ਆਪਾਂ ਨੂੰ ਤਾਂ ਪਤਾ ਇਹਨਾਂ ਨੇ ਇੱਕੋ ਕਿਹਾ ਮਤਲਬ ਕਿ ਇੱਕ ਹੀ ਸੰਖਿਆ ਈ ਰਹੀ 9 ਦੇ ਉੱਤੇ ਭਾਗ ਹੋ ਰਹੀਏ ਤਾਂ ਇਹ ਆਪਣਾ ਇਸ ਤਰ੍ਹਾਂ ਰਾਈਟ ਆਨਸਰ ਹੋ ਜਾਏਗਾ ਬਾਕੀ ਜੇਕਰ 2 ਤੇ ਪੁੱਛਿਆ ਜਾਵੇ ਤਾਂ ਆਪਾਂ ਦੇਖ ਸਕਦੇ ਹਾਂ ਜੇਕਰ 2 ਤੇ ਪੁੱਛਿਆ ਹੋਵੇ ਤਾਂ ਦੇਖੋ ਜੀ 2 ਤੇ ਕਿਹੜੀ ਭਾਗ ਹੋ ਸਕਦੀ ਹੈ 2 ਤੇ ਕਿਹੜੀ ਭਾਗ ਨਹੀਂ ਹੋਵੇਗੀ ਚਲੋ ਆਪਾਂ ਇਹ ਦੇਖਦੇ ਹਾਂ ਠੀਕ ਹੈ ਮੰਨ ਲਓ ਦੇਖੋ ਇਹ ਇਹਦੇ ਵਿੱਚ 8 ਆ ਰਹੇ ਪਿਛਲੇ ਅੱਖਰ ਜਿਸ ਤਦ ਹੈ ਇਹ ਵੀ ਹੋਏਗੀ 2 ਤੇ ਭਾਗ ਇਹ ਵੀ ਹੋ ਜਾਏਗੀ ਇਹ ਨਹੀਂ ਹੋਏਗੀ ਇਹ ਵੀ ਨਹੀਂ ਹੋਏਗੀ ਕਿਉਂਕਿ ਇਹਨਾਂ ਦੇ ਵਿੱਚ ਇਕਾਈ ਦਾ ਅੰਕ ਹੈ ਕਿ ਜਿਹੜਾ ਕਲੀ ਨੰਬਰ ਆ ਰਿਹਾ ਆਪਾਂ ਤਾਂ ਅੰਕ ਇੰਨੇ ਹੁੰਦੇ ਆ ਠੀਕ ਹੈ ਬਾਕੀ ਤੁਸੀਂ ਹੋਰ ਤਰੀਕਾ ਜਿਹੜਾ ਵੀ ਹੋਏਗਾ ਉਸ ਦੇ ਨਾਲ ਦੇਖ ਸਕੋਗੇ ਦੇਖੋ ਜੀ ਅਗਲਾ ਕੁਐਸਚਨ ਹੈਗਾ ਜਿਹੜਾ ਹੈੱਡ ਕਨਸਟੇਬਲ ਦੇ ਇਗਜ਼ਾਮ ਦੇ ਵਿੱਚ ਆਇਆ ਸੀ ਅਕਤੂਬਰ ਵਾਲੇ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ ਆਪਾਂ ਇਹ ਸਵਾਲ ਕਰ ਚੁੱਕੇ ਹਾਂ ਸਿੰਪਲੀਫਿਕੇਸ਼ਨ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦੇ ਕੁਐਸਚਨ ਆਪਾਂ ਨੇ ਕੀਤੇ ਨੇ ਤਾਂ ਜੇਕਰ ਤੁਸੀਂ ਬਿਲਕੁਲ ਵੀ ਇਹਨਾਂ ਦੇ ਬਾਰੇ ਨਹੀਂ ਜਾਣਦੇ ਤਾਂ ਜਾ ਕੇ ਸਿਲੇਬਸ ਵਾਲੀਆਂ ਜਿਹੜੀਆਂ ਆਪਣੇ ਵੀਡੀਓ ਕੀਤੀਆਂ ਨੇ ਉਹ ਸਾਰੀਆਂ ਜਾ ਕੇ ਦੇਖ ਲੈਣੀਆਂ ਨੇਗੀਆਂ ਉਹਨਾਂ ਦੇ ਵਿੱਚ ਆਪਾਂ ਨੇ ਕਰ ਲਿਆ ਇਸੇ ਲਈ ਆਪਾਂ ਇਹਨਾਂ ਨੂੰ ਪ੍ਰੈਕਟਿਸ ਦੇ ਵਜੋਂ ਹੁਣ ਇਹਨਾਂ ਸਵਾਲਾਂ ਨੂੰ ਕਰ ਰਹੇ ਹਾਂ ਸੋ ਜੇਕਰ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਸਾਰੇ ਹੀ ਦੋਸਤਾਂ ਦੇ ਨਾਲ ਕਲਾਸ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਤਾਂ ਦੇਖੋ ਇਹ ਆਪਣੇ ਕੋਲ ਸਟੇਟਮੈਂਟ ਦਿੱਤੀ ਹੋਈ ਆ ਚਲੋ ਆਪਾਂ ਨੀਚੇ ਲਿਖ ਲੈਨੇ ਆ ਇੱਥੇ ਲਿਖ ਲੈਨੇ ਆਂਗੇ ਠੀਕ ਹੈ ਇੱਥੇ ਆਪਾਂ ਨੂੰ ਕਿੰਨਾ ਦਿੱਤਾ ਹੋਇਆ 43 ਯਾਨੀ ਕਿ 43 ਪਲੱਸ ਇੱਥੇ ਦਿੱਤਾ ਹੋਇਆ 23 23 ਹੈ ਸ਼ਾਇਦ ਹਾਂ 23 ਪਲੱਸ 169 ਆਏਗਾ ਤਾਂ ਦੇਖੋ ਇਹ ਹੈਗੀ ਜਿਹੜੀ ਸੰਖਿਆ ਠੀਕ ਹੈ ਇਹ ਹੁੰਦਾ ਹੈਗਾ ਜੇਕਰ ਆਪਾਂ 13 ਦਾ ਸਕੁਅਰ ਕਰੀਏ ਤਾਂ ਇਹ ਸੰਖਿਆ ਆਪਣੇ ਕੋਲ ਆ ਜਾਂਦੀ ਹੈ ਮਤਲਬ ਕਿ ਇੱਥੇ ਆ ਸਾਰੀ ਸੰਖਿਆ ਨੂੰ ਇੰਨੀ ਸੰਖਿਆ ਨੂੰ ਸੋਲਵ ਕਰਕੇ ਆਪਣੇ ਕੋਲ ਕੀ ਆ ਜਾਏਗਾ 13 ਠੀਕ ਹੈ ਇੰਨੀ ਸੰਖਿਆ ਨੂੰ ਸੋਲਵ ਕਰਕੇ ਆਪਣੇ ਕੋਲ 13 ਆ ਜਾਏਗਾ ਤਾਂ ਆਪਾਂ ਨੇ ਇੱਥੇ 13 ਲਿਖ ਲਿਆ ਤਾਂ ਦੇਖੋ ਜੀ ਇੱਕ ਹੀ ਰੂਟ ਦੇ ਵਿੱਚ ਆ ਰਿਹਾ ਹੈਗਾ ਇਹ ਇੱਕ ਹੀ ਰੂਟ ਦੇ ਵਿੱਚ ਹੈਗਾ ਜੇਕਰ ਤਾਂ ਇਹਨਾਂ ਦੋਨਾਂ ਨੂੰ ਆਪਾਂ ਜੋੜ ਸਕਦੇ ਹਾਂ ਠੀਕ ਹੈ ਇਹਨਾਂ ਦੋਨਾਂ ਨੂੰ ਜੋੜ ਕਰਕੇ ਇੱਥੇ ਹੋ ਜਾਏਗਾ 6 ਤੇ 2 ਤੱਕ 3 ਯਾਨੀ ਕਿ 36 ਹੈਗਾ ਇਹ ਰੂਟ ਦੇ ਵਿੱਚ ਠੀਕ ਹੈ ਤਾਂ ਆਪਾਂ ਇਸ ਨੂੰ 36 ਇੱਥੇ ਲਿਖ ਸਕਦੇ ਹਾਂਗੇ ਹੁਣ ਦੇਖੋ ਜੀ ਇਸ ਨੂੰ ਆਪਾਂ ਨੇ ਇੱਥੇ 36 ਲਿਖ ਲਿਆ ਇਹ ਬਣ ਗਿਆ ਜੀ 36 ਤਾਂ ਦੇਖੋ ਜੀ ਜੇਕਰ ਰੂਟ ਦੇ ਵਿੱਚ 36 ਹੋਵੇ ਤਾਂ ਆਪਾਂ ਉਸ ਦਾ ਰੂਟ ਹਟਾ ਕੇ ਉਸ ਨੂੰ 6 ਲਿਖ ਸਕਦੇ ਹੁੰਦੇ ਆ ਬਾਕੀ ਆਪਾਂ ਨੇ ਇਹ ਕੀਤਾ ਹੋਇਆ ਇਸ ਕਰਕੇ ਆਪਾਂ ਇੰਨਾ ਜਲਦੀ ਦੇ ਵਿੱਚ ਇਸ ਕੁਐਸਚਨ ਨੂੰ ਸੋਲਵ ਕਰ ਰਹੇ ਆਂ ਤਾਂ 36 ਨੂੰ ਆਪਣੇ 6 ਲਿਖ ਲਿਆ। ਜਾ ਕੇ ਤੁਸੀਂ ਪਿਛਲੀਆਂ ਕਲਾਸਾਂ ਦੇਖ ਸਕਦੇ ਹੋ ਜਿਹੜੀਆਂ ਸਿਲੇਬਸ ਵਾਲੀਆਂ ਨੇ ਉਹਨਾਂ ਦੇ ਵਿੱਚ ਬਹੁਤ ਡੀਪਲੀ ਆਪਾਂ ਨੇ ਸਮਝਿਆ ਹੋਇਆਗਾ ਇਹ। ਤਾਂ ਦੇਖੋ ਜੀ 43 ਤੇ 6, 43 ਤੇ 6 ਕਿੰਨਾ ਹੁੰਦਾ 49 ਹੁੰਦਾ ਹੈ। 49 ਨੂੰ ਕੀ ਲਿਖ ਸਕਦੇ ਆਪਾਂ 7। ਯਾਨੀ ਕਿ 7 7 49 ਹੁੰਦਾ। ਠੀਕ ਹੈ। ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਏਗਾ ਦੇਖੋ ਜੀ ਇਸ ਦਾ ਰਾਈਟ ਆਨਸਰ ਹੋ ਜਾਏਗਾ 7। ਤਾਂ ਦੇਖੋ 7 ਕਿਹੜੀ ਆਪਸ਼ਨ ਦੇ ਵਿੱਚ ਆਪਾਂ ਨੂੰ ਦਿਖਾਈ ਦੇ ਰਿਹਾ ਹੈ? ਆਪਸ਼ਨ ਸੀ ਹੈਗਾ ਜਿਹੜਾ ਇਸ ਦਾ ਰਾਈਟ ਆਨਸਰ ਹੋ ਜਾਏਗਾ। ਇਸ ਤਰ੍ਹਾਂ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਠੀਕ ਹੈ। ਉਸ ਤਾਂ ਦੇਖੋ ਜੀ ਇਸ ਕੁਐਸਚਨ ਨੂੰ ਆਪਾਂ ਕਿਸ ਤਰ੍ਹਾਂ ਸੋਲਵ ਕਰ ਸਕਦੇ ਆ ਇਹਦੇ ਵਿੱਚ ਸਿੰਪਲੀਫਿਕੇਸ਼ਨ ਦਾ ਆਪਾਂ ਕਹਿ ਸਕਦੇ ਆ ਇਹ ਸਵਾਲ ਆਇਆ ਹੋਇਆਗਾ ਬਾਡਮਾਸ ਦੇ ਨਾਲ ਇਸ ਨੂੰ ਸੋਲਵ ਕਰਨੇ ਬਾਡਮਾਸ ਵਾਲੀ ਆਪਣੀ ਪਹਿਲੀ ਹੀ ਕਲਾਸ ਸੀਗੀ ਜਦੋਂ ਆਪਾਂ ਨੇ ਸਿਲੇਬਸ ਸਟਾਰਟ ਕੀਤਾ ਸੀ ਉਹ ਕਲਾਸਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਆਪਾਂ ਨੇ ਇਹਨਾਂ ਨੂੰ ਕੀਤਾ ਹੋਇਆ ਤਾਂ ਦੇਖੋ ਇਹ ਆਪਾਂ ਇੱਕ ਸੰਖਿਆ ਹੈਗੀ ਇਹ ਠੀਕ ਹੈ ਦੇਖੋ ਇਸ ਦੇ ਵਿੱਚ ਬਾਹਰ ਦਿੱਤੀ ਹੋਈ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਬ੍ਰੈਕਟ ਵਾਲਾ ਸੋਲਵ ਕਰਦੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਸੰਖਿਆ ਬ੍ਰੈਕਟ ਤੋਂ ਬਾਹਰ ਇਹ ਚੀਜ਼ ਇੱਥੋਂ ਬ੍ਰੈਕਟ ਸ਼ੁਰੂ ਹੋ ਰਿਹਾ ਠੀਕ ਹੈ ਇੱਥੇ ਬ੍ਰੈਕਟ ਖਤਮ ਹੋ ਰਿਹਾ ਠੀਕ ਹੈ ਉਸ ਤੋਂ ਬਾਅਦ ਵੀ ਇੱਕ ਹੋਰ ਬ੍ਰੈਕਟ ਹੈ ਇਹ ਵਾਲਾ ਪਹਿਲਾਂ ਆਪਾਂ ਵਿੱਚ ਵਾਲਾ ਬ੍ਰੈਕਟ ਸੋਲਵ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਵੀ ਦੇਖੋ ਇੱਥੇ ਇੱਕ ਹੋਰ ਬ੍ਰੈਕਟ ਹੈਗਾ ਇਹ ਬ੍ਰੈਕਟ ਆਪਾਂ ਚਲੋ ਸੋਲਵ ਕਰ ਲੈਨੇ ਆ ਠੀਕ ਹੈ ਇਸ ਬ੍ਰੈਕਟ ਨੂੰ ਆਪਾਂ ਸੋਲਵ ਕਰਦੇ ਹਾਂ ਵਿੱਚ ਵਾਲੇ ਨੂੰ ਦੇਖੋ ਜੀ ਇੱਥੇ ਆਪਾਂ ਨੂੰ 7 ਤੇ 9 ਹੈ ਆ 7 ਤੇ 6 ਹੈ ਇਹਨਾਂ ਦੇ ਉੱਪਰ ਬਾਰ ਲੱਗਿਆ ਹੋਇਆ ਤਾਂ ਆਪਾਂ ਪਹਿਲਾਂ ਬਾਰ ਨੂੰ ਸੋਲਵ ਕਰਾਂਗੇ ਬਾਰ ਨੂੰ ਸੋਲਵ ਕਰਕੇ ਯਾਨੀ ਕਿ 7 ਤੇ 6 ਕਿੰਨਾ ਹੋਏਗਾ ਆਪਣੇ ਕੋਲ 13 ਆ ਜਾਏਗਾ 13 ਦੇ ਅੱਗੇ ਮਾਈਨਸ ਲੱਗੀ ਹੋਏਗੀ ਤਾਂ ਕਰਕੇ ਆਪਾਂ ਨੇ 7 ਨੂੰ ਮਾਈਨਸ ਦਾ ਨਹੀਂ ਮੰਨਣਾ ਜੇਕਰ ਮਾਈਨਸ ਦੇ ਉੱਤੇ ਵੀ ਬਾਰ ਲੱਗਿਆ ਹੁੰਦਾ ਤਾਂ 7 ਮਾਈਨਸ ਦਾ ਹੁੰਦਾ 7 ਦੇਖੋ ਜੀ ਇੱਥੇ ਮਾਈਨਸ ਦੇ ਉੱਤੇ ਬਾਰ ਨਹੀਂ ਲੱਗਿਆ ਹੋਇਆ ਤਾਂ ਕਰਕੇ 13 ਆਪਣੇ ਕੋਲ ਆਏਗਾ ਜਿਹੜਾ 13 ਮਾਈਨਸ ਦਾ ਹੋਏਗਾ ਠੀਕ ਹੈ ਤਾਂ ਦੇਖੋ ਉਸ ਤੋਂ ਅੱਗੇ 7 ਹੈ 7 ਨੂੰ ਇਸੇ ਤਰ੍ਹਾਂ ਲਿਖ ਲਿਆ ਠੀਕ ਹੈ ਉਸ ਤੋਂ ਬਾਅਦ 7 ਦੇ ਅੱਗੇ ਦੇਖੋ ਇੱਥੇ ਆ 7 ਆਪਾਂ ਨੇ ਲਿਖ ਲਿਆ ਇਸ ਦੇ ਅੱਗੇ ਪਲੱਸ 9 ਹੈਗਾ ਦੇਖੋ ਠੀਕ ਹੈ ਤਾਂ ਇੱਥੇ ਪਲੱਸ ਹੈਗਾ ਇੱਥੇ 9 ਹੈ ਇਹ ਚੀਜ਼ ਆਪਣੇ ਕੋਲ ਬਣੇਗੀ ਇਹ ਕੀ ਹੈਗਾ ਦੇਖੋ ਇਹ ਵਾਲਾ ਸਕੁਅਰ ਵਾਲੇ ਬ੍ਰੈਕਟ ਦੇ ਵਿੱਚ ਹੈ ਤਾਂ ਆਪਾਂ ਇਸ ਸੰਖਿਆ ਨੂੰ ਸਕੁਅਰ ਵਾਲੇ ਬ੍ਰੈਕਟ ਦੇ ਵਿੱਚ ਲਿਖ ਲੈਨੇ ਆਂ ਦੇਖੋ ਜੀ ਇਹ ਚੀਜ਼ ਬਣ ਗਈ ਆਪਣੇ ਕੋਲ ਇਸ ਨੂੰ ਹੁਣ ਕਿਸ ਤਰ੍ਹਾਂ ਸੋਲਵ ਕਰਾਂਗੇ ਇਹਨਾਂ ਦੋਨਾਂ ਦਾ ਜੋੜ ਕਰ ਲਓ ਇੱਥੇ ਕਿੰਨਾ ਬਣ ਜੇਗਾ ਆਪਣੇ ਕੋਲ 16 ਬਣ ਗਿਆ 16 13 ਬਣ ਗਿਆ ਸਕੁਅਰ ਵਾਲੇ ਬ੍ਰੈਕਟ ਦੇ ਵਿੱਚ ਠੀਕ ਹੈ ਇਹਨਾਂ ਨੂੰ ਸੋਲਵ ਕਰਕੇ ਆਪਣੇ ਕੋਲ ਕਿੰਨਾ ਆ ਜੇਗਾ ਹੁਣ ਇੱਥੇ ਆ ਜੇਗਾ 3 ਠੀਕ ਹੈ ਯਾਨੀ ਕਿ ਪਲੱਸ ਵਾਲੀ ਸੰਖਿਆ ਵੱਡੀ ਹੈ ਤਾਂ ਇਕੱਲਾ 3 ਹੋਏਗਾ ਮਾਈਨਸ ਦਾ 3 ਨਹੀਂ ਹੋਏਗਾ ਤਾਂ ਦੇਖੋ ਜੀ ਇਸ ਸੰਖਿਆ ਨੂੰ ਇੱਥੋਂ ਤੱਕ ਜਦੋਂ ਆਪਾਂ ਨੇ ਸੋਲਵ ਕਰ ਲਿਆ ਆਪਣੇ ਕੋਲ 3 ਆ ਗਿਆ ਇੱਥੇ 3 ਆ ਗਿਆ ਠੀਕ ਹੈ ਬਾਕੀ ਦੀ ਸਾਰੀ ਇਹ ਚੀਜ਼ ਆਪਾਂ ਨੇ ਸੋਲਵ ਕਰ ਲਈ ਤਾਂ ਹੁਣ ਦੇਖੋ ਉਸ ਤੋਂ ਬਾਅਦ ਕੀ ਹੈਗਾ ਆਪਣੇ ਕੋਲ ਇਸ ਨੂੰ ਆਪਾਂ ਬ੍ਰੈਕਟ ਵਾਲੇ ਨੂੰ ਇਸੇ ਤਰ੍ਹਾਂ ਲਿਖ ਲਓ 19 11 ਠੀਕ ਹੈ ਘਟਾ 3 3 ਦੇ ਅੱਗੇ ਘਟਾਏਗਾ ਦੇਖੋ ਇਸ ਤਰ੍ਹਾਂ ਇਹ ਗੋਲ ਬ੍ਰੈਕਟ ਦੇ ਵਿੱਚ ਇਹ ਰਹਿ ਗਈ ਆਪਣੇ ਕੋਲ ਹੁਣ ਦੇਖੋ 19 ਦੇ ਵਿੱਚ ਆਪਾਂ ਜੇਕਰ ਜੋੜ ਦਈਏ 19 ਦੇ ਵਿੱਚ ਆਪਾਂ ਜੋੜ ਦਿੰਨੇ ਆ 11 ਤਾਂ ਇੱਥੇ ਬਣ ਜਾਏਗਾ ਆਪਣੇ ਕੋਲ 30 30 3 ਯਾਨੀ ਕਿ ਆਪਣੇ ਕੋਲ 27 ਆ ਗਿਆ ਠੀਕ ਹੈ ਇਹ ਸਾਰੀ ਸੰਖਿਆ ਆਪਣੇ ਕੋਲ ਸੋਲਵ ਕਰਕੇ ਇੱਥੇ ਹੋ ਜਾਏਗਾ 27 ਠੀਕ ਹੈ ਜੀ ਇੱਥੇ ਆਪਣੇ ਕੋਲ 27 ਆ ਗਿਆ ਇੰਨੀ ਸੰਖਿਆ ਨੂੰ ਸੋਲਵ ਕਰਕੇ ਇਹ ਸਾਰੀ ਇੱਥੋਂ ਤੱਕ ਆਪਾਂ ਨੇ ਸੋਲਵ ਕਰ ਲਈ ਤਾਂ ਦੇਖੋ ਬਚੇ ਕੀ ਆਪਣੇ ਕੋਲ 36 ਡਿਵਾਈਡ ਜਿਹੜਾ ਆ ਵਾਲਾ ਬ੍ਰੈਕਟ ਹੈ ਕਰਲ ਵਾਲਾ ਉਸ ਤੋਂ ਬਾਅਦ 1/9 ਆਫ 27 ਇਹ ਚੀਜ਼ ਬਚੀ ਹੈ ਕਰਲ ਵਾਲੇ ਬ੍ਰੈਕਟ ਨੂੰ ਕਰ ਦੋ ਬੰਦ ਇੱਥੇ 27 ਹੈਗਾ ਠੀਕ ਹੈ ਆਫ ਦਾ ਮਤਲਬ ਕੀ ਹੁੰਦਾ ਆਫ ਦਾ ਮਤਲਬ ਹੁੰਦਾ ਹੈ ਮਲਟੀਪਲਾਈ ਠੀਕ ਹੈ ਇੱਥੇ ਆਪਾਂ ਨੇ ਕਰ ਲੈਣਾ ਹੈ ਮਲਟੀਪਲਾਈ ਹੁਣ ਦੇਖੋ ਜੀ 9 1 9 ਠੀਕ ਹੈ 9 3 27 ਹੁੰਦਾ ਇੱਥੇ ਬਚ ਗਿਆ ਆਪਣੇ ਕੋਲ 3 ਤਾਂ ਦੇਖੋ ਉਸ ਤੋਂ ਬਾਅਦ ਕੀ ਹੈ 36 ਡਿਵਾਈਡ 36 ਡਿਵਾਈਡ ਠੀਕ ਹੈ ਉਸ ਤੋਂ ਬਾਅਦ 3 ਹੈ 36 ਡਿਵਾਈਡ 3 ਯਾਨੀ ਕਿ 36 3 ਕਹਿ ਸਕਦੇ ਹਾਂ ਜਾਂ 36 ਨੂੰ 3 ਦੇ ਭਾਗ ਕੀਤਾ ਠੀਕ ਹੈ 36 3 ਹੋਏਗਾ ਯਾਨੀ ਕਿ 12 3 36 ਹੁੰਦਾ ਤਾਂ ਕੱਟ ਕੇ ਆਪਣੇ ਕੋਲ 12 ਆ ਗਿਆ ਤਾਂ ਦੇਖੋ ਜੀ ਇੱਕ ਸੀਕੁਐਂਸ ਸੋਲਵ ਕਰਕੇ ਆਪਣੇ ਕੋਲ 12 ਆ ਗਿਆ ਦੋ ਸੀਕੁਐਂਸਸ ਇਸ ਦੇ ਵਿੱਚ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਠੀਕ ਹੈ ਪਹਿਲੀ ਨੂੰ ਆਪਾਂ ਨੇ ਕਰ ਲਿਆ ਸੋਲਵ ਇੱਥੇ ਕਰਕੇ ਇਹ ਜਿੰਨੀ ਇਹ ਚੀਜ਼ ਦਿੱਤੀ ਹੋਈ ਸੀ ਇੱਥੋਂ ਤੱਕ ਇਸ ਨੂੰ ਸਾਰੇ ਨੂੰ ਸੌਲਵ ਕਰਕੇ ਆਪਣੇ ਕੋਲ ਕਿੰਨਾ ਆ ਗਿਆ 12 ਤਾਂ ਆਪਾਂ ਨੇ 12 ਲਿਖ ਲਿਆ ਉਸ ਤੋਂ ਬਾਅਦ ਦੇਖੋ ਇਕੁਅਲ ਦੇ ਵਿੱਚ ਆਪਾਂ ਨੂੰ ਇਹ ਦਿੱਤੀ ਹੋਈ ਹੈ ਇਸ ਨੂੰ ਸੌਲਵ ਕਰਨਾ ਹੈ ਹੁਣ ਕੀ ਹੈ ਪੀ ਪਲੱਸ 21 ਡਿਵਾਈਡ 7 ਗੁਣਾ 2 ਮਾਈਨਸ 2 ਠੀਕ ਹੈ ਹੁਣ ਇਸ ਨੂੰ ਕਿਸ ਤਰ੍ਹਾਂ ਸੌਲਵ ਕਰ ਸਕਦੇ ਆ ਇਹਨਾਂ ਨੂੰ ਪਹਿਲਾਂ ਡਿਵਾਈਡ ਕਰਨਾ ਹੈ ਡਿਵਾਈਡ ਕਰਕੇ ਆਪਣੇ ਕੋਲ ਕੀ ਆ ਜਾਏਗਾ 3 ਇੱਥੋਂ 2 ਗੁਣਾ ਦੇ ਵਿੱਚ ਹੈ ਘਟਾ ਦੋ 3 ਦੋਣੀ ਪਹਿਲਾਂ ਆਪਾਂ ਦੇਖੋ ਏ ਪੀ ਹੈਗਾ ਪੀ ਨੂੰ ਇਸੇ ਤਰ੍ਹਾਂ ਲਿਖਦੇ ਰਹਿਣੇਗਾ ਪੀ ਪਲੱਸ 3 2 6 ਹੋ ਜਾਏਗਾ 6 2 ਉਸ ਤੋਂ ਬਾਅਦ ਪੀ ਪਲੱਸ ਇੱਥੇ 4 ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਹੁਣ ਆਪਣੇ ਕੋਲ ਪੀ ਪਲੱਸ 4 ਇਹ ਚੀਜ਼ ਆਪਣੇ ਕੋਲ ਇੰਨੀ ਬਣ ਗਈ ਠੀਕ ਹੈ ਬਾਕੀ ਦੀ ਸਾਰੀ ਨੂੰ ਚਲੋ ਆਪਾਂ ਇੱਕ ਵਾਰ ਇਰੇਜ਼ ਕਰ ਦਿੰਨੇ ਆ ਠੀਕ ਹੈ ਤੁਸੀਂ ਸਮਝ ਲਈ ਹੋਏਗੀ ਇਸ ਨੂੰ ਹੁਣ ਦੇਖੋ ਆਪਣੇ ਕੋਲ ਕੀ ਸੀਗਾ 12 ਸੀਗਾ ਉਹੀ ਸਟੇਟਮੈਂਟ ਨੂੰ ਬਿਲਕੁਲ ਇਹ ਸਾਰੀ ਜਿਹੜੀ ਇੱਥੋਂ ਤੱਕ ਇੱਥੋਂ ਸਟਾਰਟ ਹੋ ਕੇ ਇੱਥੋਂ ਤੱਕ ਸਟੇਟਮੈਂਟ ਸੀਗੀ ਇਹ ਕਿੰਨੀ ਬਣ ਗਈ ਸੀ ਆਪਣੇ ਕੋਲ 12 ਤਾਂ ਇੱਥੇ ਆਪਾਂ ਨੇ 12 ਲਿਖ ਲਿਆ 12 ਤੋਂ ਬਾਅਦ ਇਸ ਤੋਂ ਬਾਅਦ ਇਕੁਅਲ ਹੈ ਤਾਂ ਇਕੁਅਲ ਲਿਖ ਲਓ ਤੇ ਇਸ ਸਾਰੀ ਨੂੰ ਸੋਲਵ ਕਰਕੇ ਕੀ ਬਣ ਗਿਆ ਆਪਣੇ ਕੋਲ ਪੀ 4 ਪੀ 4 ਦੇਖੋ ਜੀ ਇਹ ਚੀਜ਼ ਬਣ ਗਈ ਠੀਕ ਹੈ ਹੁਣ ਆਪਾਂ ਨੇ ਪੀ ਦੀ ਵੈਲਿਊ ਕੱਢਣੀ ਹੈ ਇਸ ਦੇ ਵਿੱਚ ਠੀਕ ਹੈ ਪੀ ਦੀ ਵੈਲਿਊ ਕੱਢਣ ਦੇ ਲਈ ਦੇਖੋ ਪੀ ਦੀ ਕਿ ਹੈ ਤਾਂ ਪੀ ਦੀ ਵੈਲਿਊ ਕੱਢਣ ਲਈ ਪੀ ਨੂੰ ਇਕੱਲੇ ਛੱਡ ਦਾਂਗੇ ਠੀਕ ਹੈ ਇੱਥੇ ਆ ਜਾਏਗਾ 12 ਇਹ 4 ਹੈ ਜਿਹੜਾ ਪਲੱਸ ਦਾ ਹੈਗਾ ਇੱਥੇ ਜਾ ਘਟਾ ਦਾ 4 ਹੋ ਜਾਏਗਾ ਇੱਥੇ ਬਰਾਬਰ ਪੀ ਇੱਥੇ ਇਕੱਲਾ ਰਹਿ ਗਿਆ ਤਾਂ ਇੱਥੇ ਕੀ ਹੋ ਜਾਏਗਾ ਇੱਥੇ 8 ਰਹਿ ਗਿਆ ਇੱਥੇ ਇਕੱਲਾ ਪੀ ਰਹਿ ਗਿਆ ਬਾਕੀ ਦਾ ਏ ਮਟੇ ਦਿੱਤਾ ਆਪਾਂ ਨੇ ਤਾਂ ਦੇਖੋ ਜੀ ਇਹ ਆਪਣਾ ਪੀ ਦੀ ਵੈਲਿਊ 8 ਆਪਣੇ ਕੋਲ ਨਿਕਲ ਕੇ ਆ ਗਈ ਇਸ ਤਰ੍ਹਾਂ ਆਪਾਂ ਇਸ ਨੂੰ ਸੋਲਵ ਕਰ ਸਕਦੇ ਆਂ ਦੇਖੋ ਪੀ ਦੀ ਵੈਲਿਊ 8 ਆਪਸ਼ਨ ਏ ਦੇ ਵਿੱਚ ਦਿੱਤਾ ਹੋਇਆ ਤਾਂ ਇਹ ਆਪਣਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਇਸ ਤਰ੍ਹਾਂ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਚੱਲਦੇ ਆਂ ਅਗਲੇ ਕੁਐਸਚਨ ਤੇ ਅਗਲਾ ਕੁਐਸਚਨ ਦੇਖੋ ਕੀ ਕਰਿਆ ਹਾਂਜੀ ਦੇਖੋ ਇਹ ਸਟੇਟਮੈਂਟ ਆਪਾਂ ਨੂੰ ਦਿੱਤਾ ਹੋਇਆ ਹੈ ਦੇਖੋ ਇਸ ਦੇ ਵਿੱਚ ਪਹਿਲਾਂ ਬ੍ਰੈਕਟਾਂ ਵਾਲੇ ਨੂੰ ਹੀ ਸੋਲਵ ਕਰਾਂਗੇ ਆਪਾਂ ਠੀਕ ਹੈ ਸਿੰਪਲੀਫਿਕੇਸ਼ਨ ਦਾ ਇਹ ਆਪਣਾ ਕੁਐਸਚਨ ਹੈਗਾ ਤਾਂ ਇਹਨਾਂ ਨੂੰ ਆਪਾਂ ਸੋਲਵ ਕਰਾਂਗੇ ਦੇਖੋ ਸੋਲਵ ਕਰਨ ਦੇ ਲਈ ਕੀ ਕਰਨਾ ਪਏਗਾ ਇਹ ਜਿਹੜੀ ਸਭ ਤੋਂ ਪਹਿਲਾਂ ਆਪਾਂ ਇਹ ਪਹਿਲਾ ਬ੍ਰੈਕਟ ਸੋਲਵ ਕਰ ਲੈਣੇ ਚਲੋ 2 1 2 1 2 ਇਹ ਸੰਖਿਆ ਦਿੱਤੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੀਚੇ ਵਾਲੀ ਨੂੰ ਸੋਲਵ ਕਰ ਲਓ ਨੀਚੇ ਵਾਲੀ ਨੂੰ ਸੋਲਵ ਕਰਨ ਦੇ ਲਈ ਇਸ ਨੂੰ ਇਸ ਨਾਲ ਮਲਟੀਪਲਾਈ 2 ਦੋਣੀ 4 4 1 2 ਯਾਨੀ ਕਿ 3/2 ਤਾਂ ਦੇਖੋ ਜਿਹੜੀ ਨੀਚੇ ਵਾਲੀ ਸਾਰੀ ਸੰਖਿਆ ਸੀਗੀ ਇਸ ਨੂੰ ਸੋਲਵ ਕਰਕੇ 3/2 ਬਣ ਜਗਾ ਇਸ ਨੂੰ ਸੋਲਵ ਕਰਕੇ ਠੀਕ ਹੈ ਇੱਥੇ ਹੋ ਜਾਏਗਾ ਆਪਣਾ 3/2 ਤਾਂ ਦੇਖੋ ਇਹ ਪਲਟ ਜੇਗੀ ਸੰਖਿਆ ਇਹ ਪਲਟ ਕੇ ਉੱਪਰ 2 ਚਲਾ ਜਾਏਗਾ ਠੀਕ ਹੈ 2 ਉੱਪਰ ਚਲਾ ਗਿਆ ਠੀਕ ਹੈ ਹੁਣ ਦੇਖੋ ਇਸ ਨੂੰ ਮਲਟੀਪਲਾਈ ਕਰੋ 3 2 6 4 ਚ ਦੋ ਗਏ 6 ਚ ਦੋ ਗਏ 4 4/3 ਇਹ ਸੰਖਿਆ ਆਪਣੇ ਕੋਲ ਬਣ ਗਈ ਇਸ ਨੂੰ ਸੋਲਵ ਕਰਕੇ ਠੀਕ ਹੈ ਇਸ ਨੂੰ ਸਾਰੇ ਨੂੰ ਜਿਹੜਾ ਇਹ ਦੇਖੋ ਬ੍ਰੈਕਟ ਦੇ ਵਿੱਚ ਆਪਾਂ ਨੂੰ ਇੱਥੋਂ ਤੱਕ ਇਹ ਸਾਰਾ ਦਿੱਤਾ ਹੋਇਆ ਸੀਗਾ ਇਸ ਨੂੰ ਸਾਰੇ ਨੂੰ ਸੋਲਵ ਕਰਕੇ ਠੀਕ ਹੈ ਇਸ ਨੂੰ ਸਾਰੇ ਨੂੰ ਸੋਲਵ ਕਰਕੇ ਆਪਣੇ ਕੋਲ 4/3 ਬਣ ਗਈ ਸੰਖਿਆ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੋਏਗਾ ਇਹ ਵਾਲੀ ਸੰਖਿਆ ਨੂੰ ਸੋਲਵ ਕਰਨਾ ਹੈ ਇਸ ਨੂੰ ਸੋਲਵ ਕਰਨ ਦੇ ਲਈ ਕੀ ਹੋਏਗਾ 4/1/ 4/1/4 ਹੁਣ ਪਹਿਲਾਂ ਇਸ ਨੂੰ ਸੋਲਵ ਕਰਾਂਗੇ ਠੀਕ ਹੈ ਇਸ ਨੂੰ ਸੋਲਵ ਕਰਨ ਦੇ ਲਈ 4 ਚੌਕੇ 16 ਘਟਾ 1 15 ਬਚ ਗਿਆ 15/4 ਬਣ ਗਿਆ ਆਪਣੇ ਕੋਲ ਠੀਕ ਹੈ ਇਸ ਨੂੰ 15/4 ਆਪਾਂ ਨੇ ਲਿਖ ਲਿਆ 15/4 15/4 ਲਿਖਿਆ ਸੀ ਤੇ ਇਹ 4 ਉੱਪਰ ਚਲਾ ਜਾਏਗਾ ਯਾਨੀ ਕਿ ਇਹ ਪਲਟ ਜਾਈਗੀ ਸੰਖਿਆ ਠੀਕ ਹੈ ਉੱਪਰ 4 ਚਲਾ ਗਿਆ ਹੁਣ 15 ਚੋਕਾ 60 60 ਚੋਂ 4 ਗਈ 56 56 ਬਣ ਗਿਆ 56/15 ਬਣ ਗਿਆ ਤਾਂ ਦੇਖੋ ਜੀ ਸੈਕਿੰਡ ਜਿਹੜਾ ਬ੍ਰੈਕਟ ਦਿੱਤਾ ਹੋਇਆ ਸੀ ਆਪਾਂ ਨੇ ਉਸ ਨੂੰ ਵੀ ਸੋਲਵ ਕਰ ਲਿਆ ਜਿਹੜਾ ਇਹ ਸੈਕਿੰਡ ਬ੍ਰੈਕਟ ਦਿੱਤਾ ਹੋਇਆ ਸੀ ਉਸ ਨੂੰ ਵੀ ਆਪਾਂ ਨੇ ਸੋਲਵ ਕਰ ਲਿਆ ਇਹ ਆਪਣੇ ਕੋਲ 56/15 ਬਣ ਗਿਆ ਜਿਹੜਾ ਪਹਿਲਾ ਬ੍ਰੈਕਟ ਦਿੱਤਾ ਹੋਇਆ ਸੀ 4/3 ਬਣ ਗਿਆ ਠੀਕ ਹੈ ਹੁਣ ਇਹਨਾਂ ਦੋਨੋਂ ਹੋਈ ਬ੍ਰੈਕਟਾਂ ਨੂੰ ਆਪਾਂ ਸੋਲਵ ਕਰ ਲੈਣੇ ਇੱਥੇ ਦੇਖੋ ਜੀ ਇੱਥੇ ਪਲੱਸ ਹੈਗਾ ਦੇਖੋ ਇਹਨਾਂ ਦਾ ਦੋਨੋਂ ਬ੍ਰੈਕਟਾਂ ਦੇ ਵਿੱਚ ਪਲੱਸ ਦਿੱਕਤਾ ਹੋਇਆ ਤਾਂ ਆਪਾਂ ਨੇ ਇੱਥੇ ਪਲੱਸ ਪਾ ਲਿਆ 56/15 ਇਹ ਆਪਣੀ ਅੱਗੇ ਦੀ ਸਟੇਟਮੈਂਟ ਬਣ ਰਹੀ ਹੈ ਹੁਣ ਇਸ ਨੂੰ ਸੋਲਵ ਕਰਨਾ ਹੈ ਆਪਾਂ ਨੇ ਕੀ ਕਰਨਾ ਹੈ ਇਹਨਾਂ ਦਾ ਪਲੱਸ ਕਰਨਾ ਹੈ ਦੇਖੋ ਤੁਹਾਨੂੰ ਦੱਸਿਆ ਸੀ ਪਲੱਸ ਜੇਕਰ बटे ਵਾਲੇ ਦੇ ਵਿੱਚ ਕਰਨਾ ਹੋਵੇ ਤਾਂ ਨੀਚੇ ਦੀਆਂ ਸੰਖਿਆਵਾਂ ਨੂੰ ਇੱਕੋ ਜਿਹੀਆਂ ਬਣਾ ਲੈਣੇ ਹੁੰਦੇ ਆਪਾਂ ਇੱਕੋ ਜਿਹੀਆਂ ਬਣਾਉਣ ਦੇ ਵਾਸਤੇ ਇੱਧਰ 5 ਨਾਲ ਮਲਟੀਪਲਾਈ ਕਰਾਂਗੇ ਇੱਧਰ ਵੀ 5 ਦੇ ਨਾਲ ਮਲਟੀਪਲਾਈ ਕਰ ਤੋ ਚਲੋ نیچے 15 ਬਣ ਜਾਏਗਾ ਦੇਖੋ ਇਹ ਠੀਕ ਹੈ ਇੱਧਰ ਵੀ 15 ਹੈ ਠੀਕ ਹੈ ਤਾਂ ਦੇਖੋ ਹੁਣ ਆਪਣੇ ਕੋਲ ਕੀ ਬਣੇਗਾ ਤਾਂ ਦੇਖੋ ਉੱਪਰ ਕੀ ਬਣ ਗਿਆ 5 ਚੋਕਾ 20 15 56 15 ਠੀਕ ਹੈ نیچے ਕੀ ਹੈ 15 ਇਸੇ ਤਰ੍ਹਾਂ ਲਿਖ ਲਓ ਉੱਪਰ ਕੀ ਹੈ 20 56 20 56 ਨੂੰ ਆਪਾਂ ਕੀ ਕਰ ਸਕਦੇ ਆ ਇੱਥੇ ਹੋ ਜਾਏਗਾ 76 ਹੋ ਜਾਏਗਾ ਠੀਕ ਹੈ ਆਪਾਂ ਸਿੱਧਾ ਇਹ 76 ਲਿਖ ਲੈਣੇ ਆ। ਠੀਕ ਹੈ ਬਾਕੀ ਤਾਂ ਦੇਖੋ ਆਪਾਂ ਨੇ ਸੋਲਵ ਕਰ ਹੀ ਲਿਆ ਇਸ ਨੂੰ ਆਪਾਂ ਇਰੇਜ਼ ਕਰ ਦੋ ਇੱਕ ਵਾਰ। ਠੀਕ ਹੈ ਉਸ ਤੋਂ ਬਾਅਦ ਦੇਖੋ ਆਪਾਂ ਨੇ ਇਸ ਸਾਰੇ ਨੂੰ ਇੰਨੀ ਸੰਖਿਆ ਨੂੰ ਸੋਲਵ ਕਰ ਲਿਆ ਠੀਕ ਹੈ ਇਸ ਨੂੰ ਸਾਰੇ ਨੂੰ ਸੋਲਵ ਕਰਕੇ ਆਪਣੇ ਕੋਲ ਕੀ ਆ ਗਿਆ 76/15 ਠੀਕ ਹੈ 76/15 ਆ ਗਿਆ ਉਸ ਤੋਂ ਅੱਗੇ ਜਿਹੜਾ ਪੇ ਮਲਟੀਪਲਾਈ ਦੇ ਵਿੱਚ 22.5 ਇਸ ਨੂੰ ਲਿਖ ਲਓ ਹੁਣ 22.5 ਇਹ ਲਿਖ ਲਿਆ ਤਾਂ ਦੇਖੋ نیچے ਇਸ ਦੇ ਨਾਲ ਕੀ ਲੱਗਿਆ ਹੋਇਆ ਪੁਆਇੰਟ ਇਹ ਪੁਆਇੰਟ ਨੂੰ ਹਟਾਉਣ ਦੇ ਲਈ ਆਪਾਂ ਨੇ ਇੱਕ ਵਾਰ 10 ਲਿਖ ਲਿਆ ਇਸ ਦੇ نیچے ਚਲੋ ਠੀਕ ਹੈ ਵੈਸੇ ਤੁਹਾਨੂੰ ਜਿੱਦਾਂ ਵੀ ਤੁਸੀਂ ਚਾਹੋ ਇਸ ਨੂੰ ਸੋਲਵ ਕਰ ਸਕਦੇ ਹੋ ਸਿਰਫ ਤੇ ਸਿਰਫ ਕੀ ਹੈ ਹੁਣ ਮਲਟੀਪਲਾਈ ਹੈ ਇਹਨਾਂ ਦੇ ਵਿੱਚ ਠੀਕ ਹੈ ਇੱਥੇ ਮਲਟੀਪਲਾਈ ਦੇ ਵਿੱਚ ਹੈ ਇਹ ਹੁਣ ਦੇਖੋ ਜੀ ਇਸ ਨੂੰ 15 ਦੀ ਸਕੁਅਰ ਹੁੰਦਾ 15 15 15 ਨੂੰ 15 ਨਾਲ ਜਦੋਂ ਆਪਾਂ ਨੇ ਗੁਣਾ ਕੀਤੀ ਤਾਂ ਇਹ 225 ਹੁੰਦਾ ਇਸ ਕਰਕੇ ਹੀ ਆਪਾਂ ਨੇ ਪੁਆਇੰਟ ਹਟਾਇਆ ਸੀ ਕਿਉਂਕਿ 22 ਪੁਆਇੰਟ ਦੇ ਵਿੱਚ ਉਸ ਨੂੰ ਮਲਟੀਪਲਾਈ ਕਰਨਾ ਥੋੜਾ ਕ ਆਪਾਂ ਨੂੰ ਲੈਂਥੀ ਹੋ ਜਾਂਦਾ ਠੀਕ ਹੈ ਇਸ ਕਰਕੇ ਆਪਾਂ ਨੇ ਸਮਾਰਟ ਵਰਕ ਥੋੜਾ ਕਰ ਲਿਆ ਹੁਣ ਦੇਖੋ ਜੀ 5 ਦੇ ਪਹਾੜੇ ਚ 2 ਤੇ ਆਉਂਦਾ 5 ਦੇ ਪਹਾੜੇ ਚ 3 ਤੇ ਆਉਂਦਾ 2 ਬਚ ਗਿਆ 2 1 2 38 ਹੁੰਦਾ ਹੈਗਾ 38 2 76 ਹੁੰਦਾ ਹੈ ਯਾਨੀ ਕਿ 3 38 ਬਚ ਗਿਆ ਆਪਣੇ ਕੋਲ ਠੀਕ ਹੈ 3 38 ਬਣ ਗਿਆ ਆਪਣੇ ਕੋਲ 8 3 24 ਠੀਕ ਹੈ 24 ਤੇ ਉਸ ਤੋਂ ਬਾਅਦ ਹੋਏਗਾ 8 3 24 ਫਿਰ ਉਸ ਤੋਂ ਬਾਅਦ 90 ਹੋ ਗਿਆ ਠੀਕ ਹੈ ਯਾਨੀ ਕਿ 4 ਉਸ ਤੋਂ ਬਾਅਦ 9 10 ਤੇ 1 11 ਠੀਕ ਹੈ ਮਤਲਬ ਕਿ ਇੱਥੇ 11 114 ਬਣ ਗਿਆ ਯਾਨੀ ਕਿ 38 ਦੀ ਜਦੋਂ ਆਪਾਂ ਨੇ 3 ਨਾਲ ਗੁਣਾ ਕੀਤੀ ਤਾਂ ਆਪਣੇ ਕੋਲ ਇਹ ਕਿੰਨਾ ਬਣ ਗਿਆ ਇੱਥੇ 114 ਬਣ ਗਿਆ 114 ਆਪਣਾ ਆਪਸ਼ਨ A ਦੇ ਵਿੱਚ ਪਿਆ ਇਹ ਆਪਣਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਇਸ ਕੁਐਸਚਨ ਦਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ ਸੋਲਵ ਕਰ ਸਕਦੇ ਹੋ ਬੇਸਿਕ ਦੇ ਤੌਰ ਤੇ ਆਪਾਂ ਨੇ ਸਾਰੇ ਕੁਐਸਚਨ ਤੁਹਾਨੂੰ ਕਰਵਾ ਦਿੱਤੇ ਨੇ ਤੇ ਨਾਲ ਹੀ ਜਿਹੜੇ ਜਿਹੜੇ ਚੈਪਟਰ ਆਪਣੇ ਕੰਪਲੀਟ ਹੁੰਦੇ ਜਾਣਗੇ ਉਹਨਾਂ ਦੀ ਆਪਾਂ ਪ੍ਰੈਕਟਿਸ ਕਲਾਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬਾਕੀ ਦੀਆਂ ਕਲਾਸਾਂ ਤੁਹਾਨੂੰ ਲੈ